ਲੋਟਸ ਟੀਵੀ ਦੇਖਦੇ ਮੇਰੇ ਸੂਝਵਾਨ ਦਰਸ਼ਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ ਜੈ ਭੀਮ ਜੈਪੁਰ ਬੁੱਧ ਭਾਰਤ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਅਤੇ ਜਿਸ ਨੂੰ ਆਪ ਸਕਾਈ ਚੈਨਲ 772 'ਤੇ ਦੇਖ ਰਹੇ ਹੋ। ਜੋ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਸ ਤੁਹਾਡੇ ਨਾਲ ਇਨਫੋਰਮੇਸ਼ਨ ਸਨ ਜੋ ਬਹੁਤ ਜ਼ਰੂਰੀ ਹਨ। ਅਗਰ ਕਿਸੇ ਤਰ੍ਹਾਂ ਨੇ ਆਪਣੇ ਸਾਥ ਦੇਣ ਦੇ ਲਈ ਸਾਥ ਜਾਂ ਸਹਿਯੋਗ ਦੇਣ ਦੇ ਲਈ ਸਾਡੀ ਇਨਫੋਰਮੇਸ਼ਨ ਜੋ ਹੈ ਉਹ ਟੈਲੀਵਿਜ਼ਨ ਦੇ ਉੱਤੇ ਚੱਲ ਰਹੀ ਹੈ, ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕਰਨੀ ਹੋਵੇ ਤਾਂ ਉਹ ਜ਼ਰੂਰ ਕਰ ਸਕਦਾ ਹੈ। ਸੋ ਉਹਨਾਂ ਨੂੰ ਤੁਸੀਂ ਜਸਟ ਲੌਗ ਔਨ kanchitv.co.uk 'ਤੇ ਉੱਤੇ ਲਾਈਵ ਵੀ ਦੇਖ ਸਕਦੇ ਹੋ, ਨਹੀਂ ਤਾਂ ਤੁਸੀਂ ਯੂਟਿਊਬ ਦੇ ਉੱਤੇ ਜਦੋਂ ਵੀ ਮਰਜ਼ੀ ਦੇਖ ਸਕਦੇ ਹੋ। ਜਸਟ ਸਰਚ ਫੋਰ ਧੰਨ ਭੀਮਾ ਧੰਨ। ਅੱਜ ਦਾ ਇਹ ਖਾਸ ਪ੍ਰੋਗਰਾਮ ਜੋ ਮੈਂ ਆਪ ਜੀ ਦੀ ਸੇਵਾ ਲੈ ਕੇ ਆਇਆ ਹਾਂ, ਅੱਜ ਦੇ ਖਾਸ ਪ੍ਰੋਗਰਾਮ ਨੂੰ ਪੇਸ਼ ਕਰਨ ਲੱਗਿਆ ਮੈਂ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਅੱਜ ਦੀ ਸਪੋਂਸਰਸ਼ਿਪ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਸਪੋਰਟਰ ਅਤੇ ਦਾਨੀ ਸੱਜਣ ਦਿਆਲ ਚੰਦ ਚੌਹਾਨ ਵੱਲੋਂ ਉਹਨਾਂ ਦੀ ਲਾਡਲੀ ਅਤੇ ਸੂਝਵਾਨ ਬੇਟੀ ਪਰਬਤਾ ਚੌਹਾਨ ਜੋ ਏਜਿੰਗ ਮਸਲਸ ਦੀ PhD ਡਿਗਰੀ ਪ੍ਰਾਪਤ ਕਰਨ ਦੀ ਖੁਸ਼ੀ ਦੇ ਵਿੱਚ ਉਹ ਲੋਟਸ ਟੀਵੀ ਦੀ ਸੇਵਾ ਲਈ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵੈਸੇ ਤਾਂ ਪਰਬਤਾ ਬੇਟੀ ਹਰ ਵਾਰ ਇਗਜ਼ਾਮ ਵਿੱਚੋਂ ਟੋਪ ਗ੍ਰੇਡ ਲੈ ਕੇ ਹੀ ਪਾਸ ਹੋਈ ਹੈ, ਅਤੇ ਜਿਸ ਤਰ੍ਹਾਂ ਪਰਬਤਾ ਚੌਹਾਨ ਨੇ BSc ਦਾ ਇਗਜ਼ਾਮ ਸਾਰੀ ਯੂਨੀਵਰਸਿਟੀ ਦੇ ਵਿੱਚੋਂ ਫਸਟ ਕਲਾਸ ਅਤੇ ਸਭ ਤੋਂ ਟੋਪ ਦੇ ਵਿੱਚ ਉਹ ਪਾਸ ਹੋਈ ਸੀ। ਅਤੇ ਜਿਸ ਤਰ੍ਹਾਂ ਸਿਆਣੇ ਕਹਿੰਦੇ ਆ, ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਮਾਂ ਪਰ ਪੂਤ ਪਿਤਾ ਪਰ ਘੋੜਾ, ਬਹੁਤ ਨਹੀਂ ਤਾਂ ਥੋੜ੍ਹਾ ਥੋੜ੍ਹਾ, ਬਿਲਕੁਲ ਸਹੀ ਬੈਠਦੀ ਹੈ। ਦਿਆਲ ਚੰਦ ਖੁਦ ਵੀ GN ਹਾਇਰ ਸੈਕੰਡਰੀ ਸਕੂਲ ਪ੍ਰਤਾਪਪੁਰਾ ਵਿੱਚ ਮੇਰੇ ਤੋਂ ਇੱਕ ਕਲਾਸ ਪਿੱਛੇ ਹੁੰਦਾ ਸੀ ਅਤੇ ਆਪਣੀ ਕਲਾਸ ਵਿੱਚ ਉਹ ਸਦਾ ਹੀ ਟੋਪ ਨੰਬਰਾਂ ਦੇ ਵਿੱਚ ਆਉਂਦਾ ਹੁੰਦਾ ਸੀਗਾ। ਸੋ ਉਹ 15 ਸਾਲ ਦੀ ਉਮਰ ਵਿੱਚ ਇੰਗਲੈਂਡ ਆ ਕੇ ਫੈਕਟਰੀ ਵਿੱਚ ਸਖਤ ਕੰਮ ਕੀਤਾ, ਕੁਝ ਦੇਰ ਕੱਪੜੇ ਦੀ ਫੈਕਟਰੀ ਵਿੱਚ ਕੰਮ ਕੀਤਾ, ਬਾਅਦ ਵਿੱਚ ਉਹਨਾਂ ਨੇ ਆਪਣਾ ਖੁਦ ਦਾ ਕਾਰੋਬਾਰ ਵੀ ਸ਼ੁਰੂ ਕੀਤਾ। ਇਸ ਕਾਰੋਬਾਰ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਮਿਸਿਸ ਰਾਜ ਰਾਣੀ ਨੇ ਸਖਤ ਮਿਹਨਤ ਕਰਕੇ ਬਰਮਿੰਗਮ ਦੇ ਕੱਪੜੇ ਦੇ ਬਿਜ਼ਨਸ ਵਿੱਚ ਆਪਣਾ ਨਾਮ ਕਮਾਇਆ। ਸੋ ਮਿਡਲ ਆਫ 70s ਦੇ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਜੁੜੇ ਉਸ ਵੇਲੇ ਦੀ ਸਿਰਮੌਰ ਸੰਸਥਾ ਡਾਕਟਰ ਅੰਬੇਦਕਰ ਮੈਮੋਰੀਅਲ ਡਾਕਟਰ ਅੰਬੇਦਕਰ ਬੁੱਧਿਸਟ ਔਰਗਨਾਈਜੇਸ਼ਨ ਦੇ ਨਾਲ ਜੁੜੇ ਅਤੇ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਇਆ। ਦਿਆਲ ਚੰਦ ਚੌਹਾਨ ਜੀ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਵੀ ਬਹੁਤ ਹੀ ਸਤਿਕਾਰਯੋਗ ਸਪੋਰਟਰ ਹਨ। ਤਕਰੀਬਨ ਹਰ ਸਾਲ ਮੇਨ ਪ੍ਰੋਗਰਾਮ ਦੇ ਤਾਂ ਆਉਂਦੇ ਹੀ ਆ, ਵੈਸੇ ਵੀ ਉਹਨਾਂ ਦਾ ਸਹਿਯੋਗ ਅਤੇ ਸਾਥ ਦਿੰਦੇ ਹਨ। ਇਹਨਾਂ ਸੇਵਾਵਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹੋਏ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੀ 50ਵੀਂ ਵਰ੍ਹੇਗੰਢ ਦੇ ਉੱਤੇ ਉਹਨਾਂ ਨੂੰ ਇੱਕ ਯਾਦਗਾਰੀ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਸੀ। ਸੋ ਦਿਆਲ ਚੰਦ ਨੇ ਪੜ੍ਹਾਈ ਦਾ ਸ਼ੌਕ ਪੂਰਾ ਕਰਨ ਦੇ ਲਈ, ਤਾਂ ਕਹਿੰਦੇ ਸਿਆਣੇ ਕਿ ਇੱਕ ਵਾਰੀ ਆਦਤ ਪੈ ਜਾਵੇ ਤਾਂ ਫਿਰ ਹਟਦੀ ਨਹੀਂ ਹੈਗੀ, ਦਿਆਲ ਚੰਦ ਨੇ ਪੜ੍ਹਾਈ ਦਾ ਸ਼ੌਕ ਪੂਰਾ ਕਰਨ ਦੇ ਲਈ ਵੀ ਈਵਨਿੰਗ ਕਲਾਸਿਸ ਜਾ ਕੇ ਜੁਆਇਨ ਕਰਕੇ CAT ਜੋ ਕਿ ਸਰਟੀਫਾਈਡ ਅਕਾਊਂਟੈਂਸੀ ਟੈਕਨਿਕਸ ਦਾ ਇਗਜ਼ਾਮ ਸੀ ਉਹ ਪਾਸ ਕੀਤਾ, ਔਰ ਫਿਰ ਚਾਰਟਰਡ ਅਕਾਊਂਟੈਂਟ ਦੇ ਨਾਲ ਕੰਮ ਵੀ ਕੀਤਾ। ਜੇਕਰ ਕਮਿਊਨਿਟੀ ਸੇਵਾ ਦੀ ਗੱਲ ਕਰੀਏ ਤਾਂ ਦਿਆਲ ਚੰਦ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਚੌਹਾਨ ਸਾਹਿਬ ਨੇ 7 ਸਾਲ ਕੁਈਨ ਇਲਿਜ਼ਬੈਥ ਹੋਸਪਿਟਲ ਬਰਮਿੰਗਮ ਦੇ ਵਿੱਚ ਵੋਲੰਟਰੀ ਤੌਰ 'ਤੇ ਫ੍ਰੀ ਕੰਮ ਕੀਤਾ, ਜਿਸ ਦੇ ਲਈ BBC ਬਰਮਿੰਗਮ ਨੇ ਉਹਨਾਂ ਦੀ ਇਸ ਸਰਵਿਸ ਨੂੰ ਰੈਕੋਗਨਾਈਜ਼ ਕੀਤਾ ਅਤੇ BBC ਦੇ ਨਿਊਜ਼ ਪ੍ਰਜੈਂਟਰ ਮਿਸਟਰ ਨਿਕ ਓਨ ਨੇ 2010 ਦੇ ਵਿੱਚ ਉਹਨਾਂ ਨੂੰ ਇੱਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਵਾਕਈ ਤੁਸੀਂ ਵਧਾਈ ਦੇ ਹੱਕਦਾਰ ਹੋ। ਕੰਗ੍ਰੈਚੁਲੇਸ਼ਨਸ ਐਂਡ ਬੈਸਟ ਆਫ ਲੱਕ ਦਿਆਲ ਚੰਦ ਜੀ। ਚੌਹਾਨ ਸਾਹਿਬ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਲੋਟਸ TV ਦੀ ਪੂਰੀ ਟੀਮ ਵੱਲੋਂ
ਅਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਪਰਬਤਾ ਚੌਹਾਨ ਨੂੰ ਲੱਖ ਲੱਖ ਵਧਾਈਆਂ। ਅਸੀਂ ਸਾਰੇ ਬੁੱਧ ਧੰਮ ਸੰਘ ਦੀ ਇਨਕੰਪਾ ਨਾਲ ਇਹੀ ਕਾਮਨਾ ਕਰਦੇ ਹਾਂ ਕਿ ਪਰਬਤਾ ਚੌਹਾਨ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਹਰ ਤਰੱਕੀ ਪਾਵੇ ਅਤੇ ਆਪਣਾ, ਆਪਣੇ ਮਾਂ ਬਾਪ ਦਾ, ਆਪਣੇ ਦਾਦਾ ਦਾਦੀ ਦਾ, ਨਾਨਾ ਨਾਨੀ ਦਾ ਨਾਮ ਰੌਸ਼ਨ ਕਰੇ ਅਤੇ ਨਿਰੋਗੀ ਸਿਹਤ ਅਤੇ ਲੰਬੀ ਜ਼ਿੰਦਗੀ ਦਾ ਆਨੰਦ ਮਾਣੇ। ਸਾਧੋ ਸਾਧੋ ਸਾਧੋ। ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਸਾਡੇ ਆਏ ਮਹਿਮਾਨ ਜੋ ਸਾਡੇ ਨਾਲ ਪ੍ਰੋਗਰਾਮ ਅੱਜ ਸ਼ੇਅਰ ਕਰਨਗੇ, ਲਿਖ ਰਹੇ ਜੱਖੂ ਜੀ, ਆਪ ਜੀ ਦਾ ਲੋਟਸ ਟੀ ਵੀ 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵਦਨ ਸਾਹਿਬ, ਥੈਂਕ ਯੂ। ਲੋਟਸ ਟੀ ਵੀ ਦੇਖ ਰਹੇ ਦਰਸ਼ਕਾਂ ਨੂੰ ਨਵਾਂ ਉਦਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਥੈਂਕ ਯੂ ਜੀ। ਜੋ ਹੋਰ ਇਹਦੇ ਨਾਲ ਹੀ ਕੁਛ ਇਨਫੋਰਮੇਸ਼ਨ ਹਨ ਜੋ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਪਹਿਲੀ ਤਾਂ ਹੈ ਕਿ 24 ਸਤੰਬਰ ਨੂੰ ਇੱਕ ਐਗਜੈਕਟਿਵ ਮੀਟਿੰਗ ਦੀ ਹੋ ਰਹੀ ਹੈ, ਉਹ 24 ਤਰੀਕ ਨੂੰ ਸੰਡੇ ਵਾਲੇ ਦਿਨ ਦੁਪਹਿਰੇ 2 ਵਜੇ। ਸਭ ਮੈਂਬਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਣ। ਅਤੇ ਨਾਲ ਹੀ ਫੁੱਲਮੂਨ ਡੇ ਹੈ ਜੋ 29 ਸਤੰਬਰ ਨੂੰ ਹੈ, ਫਰਾਈਡੇ ਵਾਲੇ ਦਿਨ। ਸੋ ਆਪ ਸਭ ਨੂੰ ਬੇਨਤੀ ਹੈ ਕਿ ਫਰਾਈਡੇ ਵਾਲੇ ਦਿਨ 29 ਤਰੀਕ ਨੂੰ ਜ਼ਰੂਰ ਬੁੱਧ ਵਿਹਾਰ ਪਹੁੰਚਣਾ, ਕਿਉਂਕਿ ਹਰ ਫੁੱਲਮੂਨ ਡੇ ਦਾ ਆਪਣਾ ਇੱਕ ਆਪਣੀ ਵਿਸ਼ੇਸ਼ਤਾ ਹੈ। ਅਤੇ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਇੱਕ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਵਿਹੜੇ ਵਿੱਚ ਇੱਕ ਹੋਰ ਖੁਸ਼ੀ ਆਈ ਹੈ ਜੋ ਆਪ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਕਮੇਟੀ ਦੇ ਅਸਿਸਟੈਂਟ ਸੈਕਟਰੀ ਮਿਸਿਸ ਸੁਮਨ ਕੌਲ ਜੀ ਦਾ ਵੀ ਅੱਜ ਜਨਮ ਦਿਨ ਹੈ। ਸੁਮਨ ਕੌਲ ਜੀ ਜੋ ਇਸ ਸਾਲ ਪਹਿਲੀ ਵਾਰ ਅਸਿਸਟੈਂਟ ਸੈਕਟਰੀ ਦੀ ਸੇਵਾ ਨਿਭਾ ਰਹੇ ਹਨ ਅਤੇ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ। ਸੁਮਨ ਜੀ ਜੋ ਕਿ ਭੈਣ ਯਰਮਲਾ ਕੌਲ ਅਤੇ ਲੇਟ ਹਰਵੰਸ ਕੌਲ, ਹਰਬਲਾਸ ਕੌਲ ਦੀ ਪੋਤ ਨੂੰਹ ਹੈ, ਅਤੇ ਮਦਨ ਕੌਲ ਅਤੇ ਨਿਰਮਲਾ ਕੌਲ ਜੀ ਦੀ ਨੂੰਹ ਹੈ, ਅਤੇ ਦੈਂਟ ਅਤੇ ਮਿਸਿਸ ਹਨ ਸੁਮਨ ਜੀ ਨੂੰ। ਸਾਰੇ ਕੌਲ ਪਰਿਵਾਰ ਵੱਲੋਂ, ਮਦਨ ਚੌਹਾਨ ਅਤੇ ਨਿਰਮਲਾ ਚੌਹਾਨ ਦੇ ਸਾਰੇ ਪਰਿਵਾਰ ਵੱਲੋਂ ਸ਼ੁਭਕਾਮਨਾਵਾਂ ਐਂਡ ਵਿਸ਼ ਯੂ ਵੈਰੀ ਵੈਰੀ ਹੈਪੀ ਬਰਥਡੇ। ਅਤੇ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਅਤੇ ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ ਇਹੀ ਸ਼ੁਭਕਾਮਨਾ ਕਰਦੇ ਹਾਂ ਕਿ ਆਪ ਲੰਬੀ ਜ਼ਿੰਦਗੀ ਅਤੇ ਨਿਰੋਗੀ ਸਿਹਤ ਦਾ ਆਨੰਦ ਮਾਣੋ। ਸਾਧੇ ਸਾਧੋ। ਸੋ ਅਗਲੇ ਹਫ਼ਤੇ ਦਾ ਜੋ ਪ੍ਰੋਗਰਾਮ ਹੈ ਲੋਟਸ ਟੀਵੀ ਦਾ, ਉਹ ਕੌਲ ਪਰਿਵਾਰ ਵੱਲੋਂ ਹੀ ਹੈ, ਕੌਲ ਪਰਿਵਾਰ ਵੱਲੋਂ ਸਪੋਂਸਰ ਪ੍ਰੋਗਰਾਮ ਹੋਵੇਗਾ, ਜਿਸ ਨੂੰ ਸਾਡੇ ਪ੍ਰਧਾਨ ਜੀ ਰੇਖਾ ਪੌਲ ਜੀ ਅਤੇ ਲੇਖਰਾਜ ਜੱਖੂ ਜੀ ਪ੍ਰੋਗਰਾਮ ਦੇਖਣਗੇ, ਪੇਸ਼ ਕਰਨਗੇ। ਸੋ ਭੁੱਲਣਾ ਨਹੀਂ। ਸੋ ਇਹਦੇ ਨਾਲ ਹੀ ਜੋ ਇੱਕ ਹੋਰ ਇਨਫੋਰਮੇਸ਼ਨ ਹੈ, ਕੱਲ੍ਹ ਦਾ ਦਿਨ ਜੋ ਸੀ ਬਰਤਾਨਵੀ ਬੁੱਧਿਸਟ ਕਮਿਊਨਿਟੀ ਦੇ ਲਈ ਬਹੁਤ ਹੀ ਖਾਸ ਅਤੇ ਮਾਣ ਵਾਲਾ ਦਿਨ ਸੀ। ਕੱਲ੍ਹ ਸਾਰੇ ਯੂਰਪ ਵਿੱਚ ਸਭ ਤੋਂ ਵੱਡਾ ਬੁੱਧ ਵਿਹਾਰ ਹੌਕਲੀ ਬਰਮਿੰਗਮ ਵਿੱਚ ਉਹਨਾਂ ਦੀ ਓਪਨਿੰਗ ਹੋਈ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਵੈਨੇਬਲ ਡਾਕਟਰ ਡਬਲਿਊ ਕਸੈਪਾ ਜੀ ਦੀ ਸਖ਼ਤ ਮਿਹਨਤ ਦਾ ਸਦਕਾ ਹੀ ਇਹ ਮੁਮਕਿਨ ਹੋ ਸਕਿਆ। ਇਹ ਵਿਹਾਰ ਦੀ ਮਿਡਲੈਂਡ ਇੰਟਰਨੈਸ਼ਨਲ ਬੁੱਧਿਸਟ ਐਸੋਸੀਏਸ਼ਨ UK ਵੱਲੋਂ ਬਰਮਿੰਗਮ ਬੁੱਧਿਸਟ ਮਹਾ ਵਿਹਾਰ ਦਾ ਉਦਘਾਟਨ ਜੋ ਹੈ, ਉਹ ਸਾਡੇ ਬਹੁਤ ਹੀ ਸਤਿਕਾਰਯੋਗ ਵੈਨੇਬਲ ਡਾਕਟਰ ਕਸਪਾ ਜੀ ਦੇ ਜਨਮ ਦਿਨ 'ਤੇ ਉਦਘਾਟਨ ਕੀਤਾ ਗਿਆ, ਅਤੇ ਪੂਰੇ ਜੋਸ਼ ਖਰੋਸ਼ ਦੇ ਨਾਲ ਸ਼੍ਰੀਲੰਕਨ ਟ੍ਰੈਡੀਸ਼ਨਸ ਦੇ ਨਾਲ ਨਾਚ ਗਾਣੇ ਅਤੇ ਮਨੋਰੰਜਨ ਭਰਪੂਰ ਇਹ ਪੂਰੀ ਸ਼ਰਧਾ ਦੇ ਨਾਲ ਬਰਮਿੰਗਮ ਦੇ ਪਾਸਕਾਂ ਨੂੰ ਸੌਂਪਿਆ ਗਿਆ। ਆਏ ਮਹਿਮਾਨਾਂ ਦਾ ਪੂਰੀ ਤਰ੍ਹਾਂ ਸਤਿਕਾਰ ਅਤੇ ਖਿਆਲ ਰੱਖਿਆ ਗਿਆ ਅਤੇ ਸਵਾਦਿਸ਼ਟ ਭੋਜਨ ਨਾਲ ਆਓ ਭਗਤ ਕੀਤੀ ਗਈ। ਸੋ ਗੱਲ ਕੀ ਕਿ ਯੋਜਨਾਬੱਧ ਤਰੀਕੇ ਨਾਲ ਬਹੁਤ ਹੀ ਕਾਮਯਾਬ ਅਤੇ ਯਾਦਗਾਰੀ ਇਵੈਂਟ ਸੀ। ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਅਤੇ ਲੋਟਸ ਟੀਵੀ ਦੀ ਪੂਰੀ ਟੀਮ ਵੱਲੋਂ ਵੈਨੇਬਲ ਪੰਥੀ ਜੀ ਕਸਪਾ ਜੀ ਨੂੰ ਲੱਖ ਲੱਖ ਵਧਾਈ ਅਤੇ ਸ਼ੁਭਕਾਮਨਾਵਾਂ। ਸਾਧੋ ਸਾਧੋ ਸਾਧੋ। ਹਾਂਜੀ, ਅਤੇ ਇਸਦੇ ਨਾਲ ਹੀ ਸਾਡੇ ਆਏ ਮਹਿਮਾਨ ਉਹਨਾਂ ਦਾ ਲਾਹਾ ਲਈਏ, ਆਪਾਂ ਇਹਨਾਂ ਨੂੰ ਜ਼ਰੂਰ ਇਹਨਾਂ ਤੋਂ ਸਵਾਲ ਪੁੱਛਤਾ ਕਰੀਏ। ਪਰ ਉਸ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਇਹ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਸਦੀਆਂ ਤੋਂ ਹੀ ਬਹੁਜਨ ਸਮਾਜ ਨਾਲ ਭੇਦਭਾਵ ਤਾਂ ਹੁੰਦਾ ਹੀ ਰਿਹਾ ਹੈ। ਚਲਾਕ ਮਨੋਵਾਦੀਆਂ ਨੇ ਆਪਣੀ ਸੁੱਖ ਸੁਵਿਧਾ ਲਈ ਇਨਸਾਨ ਨੂੰ 4 ਵਰਣਾਂ ਵਿੱਚ ਵੰਡਿਆ,
इस काणी वंड के खिलाफ बहुजनों के बहुत सारे गुरुआ और महापुरशों ने संघर्ष किया, पर कदी भी मनुवादी समाज के बिचों इस योजना के योजनाबद्ध शोषण अत्याचार के खिलाफ कदी भी किसी उच्ची जात या मनुवादी का जमीर कदी इंसानियत नहीं जागी। बाकी सारे ने बहुत बड़े संघर्ष किए हैं, जिस तरह साहिगुरु रविदास जी महाराज, कबीर जी ने, पर इन्हां दी उच्ची जातां दे वालियां दे विचों कोई भी मनुवादी का किसी भी इंसानियत की जमीर नहीं जागी हैगी, सिवाए दो या चार सूरवीर तो। अज दे साडे नायक हन उन्हां विचों एक जिन्हां ने अपना समाज, अपने धर्म अते अपने परिवार के खिलाफ, देखो कितनी बड़ी गल है कि उन्होंने अपने परिवार का विरोध करना पाया, अपने माँ बाप का विरोध करना पाया, अपने भैन भरावान का विरोध करना पाया। वो हर तरह से नाल वो सफ़र करते सके, परिवार के खिलाफ जाके इंसानियत का झंडा बुलंद किया। असी उन्होंने इस जज्बे ते किते संघर्ष में कोटि कोटि नमन ते कोटि कोटि प्रणाम कर रहे हैं। लेखराज जी, सवाल तुहाडे लई इस तरह के अज के जो बहुजन समाज हैं दे नायक हैं साढ़े, वो हैं पेरियर ई वी रामा स्वामी जी दे बचपन अते परिवार बारे साढ़े दर्शकों के नाल जरूर सांझ पाओ। थैंक यू बदन साहब, थोड़ा बहुत बहुत धन्यवाद। तो अज का यह जो प्रोग्राम आप लैके आए हैं, उस तो पहला वधाई है जोड़ा एक पी एच डी की डिग्री की परिवार को, उन्होंने वधाई आ जिन्होंने अज का प्रोग्राम स्पोंसर किया। तो नाल ही नाल जिहड़े कल बुद्ध विहार का एक उद्घाटन होया आ श्रीलंका दे जिहड़े आ साडे उपाशक ते पंते जी, उन्हां सारयां नूं वधाई। तो अज आपां जिहड़ा सितंबर महीने का प्रोग्राम लैके आए हाँ बदन साहब, सितंबर महीने के जिहड़े अज दे दिन खास दिन नूं महत्ता रखते हुए आपां अज 17 सितंबर 1873 ईस्वी नूं ईवी पेरियर रामा स्वामी का जिहड़ा जन्मदिन आ, इस जन्मदिन की समुचे बहुजन समाज को लख लख वधाई होवे। सो सितंबर के महीने च होर भी दो तीन जिहड़े महान दिहाड़े आने आ, प्रोग्राम हैगे आ। सो 17 तो बाद फिर 20 सितंबर को नारायणा गुरु का प्री निर्माण दिवस है। 20 सितंबर 1928 को इस दुनिया तो चले गए सी नारायणा गुरु, जिन्हों का नाम साउथ नूं बिलोंग करते, उन्हों का भी बहुत बड़ा जिहड़ा अंदोलन रहा बहुजन समाज को जागृत करने लई। तो नाल दी नाल बदन साहब 24 सितंबर को जिहड़ा एक बहुत ही महान दिहाड़ा, जिन्होंने आपां 24 सितंबर 1932 पूना पैक्ट होया सी बाबा साहब अंबेडकर दे महात्मा गांधी दे विचाले। सो नैक्सट संडे आपां उह वी प्रोग्राम लैके आ रहे हैं, तुसीं उन्हां दी इनफॉर्मेशन दित्ती आ, थैंक यू तुहाडा। ते उस तो बाद फिर 24 सितंबर नूं जी 1873 नूं सत्या सुधक समाज की स्थापना भी हुंदी आ, ते 26 सितंबर 1951 नूं बाबा साहब अंबेडकर अपने कैबिनेट मंत्री दे पद तों भी इस्तीफा दिंदे, उह वी सितंबर महीने की घटना है जी। हुण आपां गल करदे हां जी पैरियर ई वी रामा स्वामी की। सो तुसीं सवाल किया कि पैरियर ई वी रामा स्वामी के बचपन के बारे च, माता पिता का ते उन्हां दी थोड़ी बहुती जिहड़ी आ शिक्षा उन्हां दे बारे दर्शकां नाल सांझ पायो। सो पैरियर रामा स्वामी का जन्म जिदा आपां दस्सिया 17 सितंबर 1879 ईस्वी नूं होया। इन्हां दा ई वी ईरोड वैक्टम, जिहनूं आपां नायकर ईरोड वैक्टम पैरियर के नाँ से याद करते हैं, और इन्हों के पिता का नाँ भी वैक्टा नायकर से, और माता का नाँ चाइना माए, ये जो साउथ के नाँ है थोड़े जे प्रोनाउंस करने डिफरेंट लगते हैं, सो कई बार ये नाँ औखे ना होंगे क्योंकि साउथ होने करके। सो इन्हों का जो बचपन के इन्हें और पढ़ाई भी इन्होंने चौथी पंजवीं क्लास तक की पढ़ाई की प्रायमरी की। एक बहुत जी होर खास गल बदन साहब है कि ये एक उस सिस्टम जिस सिस्टम आप संविधानिक तौर पर भी वर्गों च वंडिया आ, एस सी एस टी ओ बी सी, तो ओ बी सी कास्ट में ही बिलोंग करते जिन्हों आप मतलब जिहड़ा अति शूद्र समाज या शूद्र समाज से आते सके, पर इन्हों का परिवार जिहड़ा धार्मिक ख्यालों का परिवार जरूर सेगा जी। तो इन्हों के परिवार जिहड़ा हिंदू धर्म को मानता परिवार सेगा, तो बचपन के इन्हों गीता रामायण महाभारत होर सारे बहुत सारे धार्मिक ग्रंथ हिंदू धर्म के पढ़न नूं मिले, जां घर दे विचों इन्हां नूं हिंदू धर्म की जिहड़ी शिक्षा मिलती रही आ। सो बचपन तो लैके ये
जवानी तक जिहड़े हिंदू धर्म के पैरोकार रहे हैं, एक आस्तक रहे हैं, जिन्हां दी धर्म दे विच एक आस्था सी बनी, ते अगे जाके फिर आपां उह घटना दा जिक्र करांगे आस्तिक तो नास्तिक किवें बणदे आ। सो बचपन दे विच जिहड़े इह एक हिंदू धर्म नूं मन्नण वाले व्यक्ति सीगे ते बचपन च इन्हां ने हिंदू धर्म दे बहुत सारे ग्रंथ पढ़े सी। जी वदन साहब जी, की कदी पेरियर जी नूं बहुजनां दी मदद करन अते हिंदू धर्म दा विरोध करन ते माँ बाप दा गुस्सा सहना पिया? मेरा ख्याल आप सवाल तुहानू करन तो पहला एक अपने मेरे ख्याल लाइव कॉल आया वाला, कोई देख लो, देख लो कॉल देख लो। हेलो हेलो नमो बुद्धा जय भीम जी। हेलो हेलो नमो बुद्धा जय भीम जी। हाँ जय भीम जी, जय भीम जी। पहला तो सब तो पहला इस वेले लोटस टीवी देखते सारे साथी भैन भरा जी, उन्हां नूं बहुत बहुत बधाई होवे क्योंकि अज पेरियर स्वामी जी का जन्मदिन भी है जी। दूसरा मिशनरी साथी दयाल चौहान जी जी, अते मिसेज राणी चौहान जी 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 नूं बहुत बहुत बधाइयां होण क्योंकि उन्हां दी बेटी बेटी ने बहुत मेहनत अते लगन नाल काम भी करदी रही, नाल नाल पीएचडी दी डिग्री दी तैयारी भी करती रही जी। आखिरकार उन्हां दी मेहनत बाल आई, उन्हां दी मेहनत रंग लियाई, डॉक्टर बनी। साडी वलों सांपला परिवार वलों दयाल चौहान सारे परिवार नूं बहुत बहुत बधाइयां। जय भीम नमो बुद्धा। थैंक यू जी, थैंक यू। तुहाडा बहुत ही बड़ी मेहनत दा काम है जी, बहुत बड़े योगदान है, उन्हां दे मां बाप दा भी बहुत बड़ा योगदान है जी। तां होर तुसीं की कहना चाहोगे? थैंक यू, मेरा ख्याल कट्ठी गई जी। ओके, फिर रमन स्वामी दी बहुजना दी मदद करन जां हिंदू धर्म दा विरोध करन ते मां बाप दा गुस्सा किसदा सहना पिया जी? बदन साहब थैंक यू तुहाडा, और सोनला सांपला जी दा जर्मन तो थैंक यू, धन्नवाद। उन्होंने कॉल करके जिहड़ी बधाई दित्ती और प्रोग्राम च सांझ पाई आ। सो आपां जदों गल करदे आं ई वी पैरी रामा स्वामी दी, सो ई वी पैरी रामा स्वामी एक समाज सुधारक होए आ जिन्हां ने बहुत सारिया कुरीतियां दे खिलाफ जिहड़ा अंदोलन किया, एक नहीं मतलब बहुत सारिया उन्हां नूं मुश्किलां दा सामना करना पिया। उहदे च तुसीं ये जिक्र किया आ बई माता पिता का भी इन्हां नूं जिहड़ा उन्हां दीआं मुश्किलां दा जां उन्हां दा विरोध सहना पिया, सो नाल दी नाल उस समय दे सिस्टम दा भी ते फिर हिंदू धर्म दे जिहड़े पैरोकार सी उन्हां दा भी, क्योंकि वह फिर जदों छोटी उम्र के बदन साहब ये तर्क कर लग पे सके, सवाल कर लग पे सके हिंदू धर्म के, जदों भी कोई उन्होंने बारे च कोई गल करता सी, कोई ते विचार चर्चा करता सी ते फिर उन्हें सवाल करते सके। तो सवाल कई बार इस तरह के होंगे कि मोरला आदमी फिर उन्होंने एक विरोध के तौर पर समझ लग पा, तो उस विरोध करके इन्हों फिर परिवार तो होर जो समाज तो बहुत सारिया झिड़कों सहनिया पैंदियां सी। सो दूसरा जिहड़ा समाज के जिहड़े काम किए गल कर रही है भी उन्होंने बहुजन समाज लिए कोई ऐसे किहड़े काम किए, उन्होंने अपने अंदोलन च अपनी सारी लाइफ के बहुजन समाज को जागृत करने लिए, बहुजन समाज को कुरीतियों चो कढ़न दे लई ते बहुत सारिया जिहड़ियां उस समय दियां एक धार्मिक रस्मां सी उन्हां तों छुटकारा पाउण लई बहुत सारे जिहड़े काम किए आ। सो मैं सलूट करदा इन्हां नूं ई वी पैरी रामा स्वामी नूं, क्योंकि ये भी जिहड़े एक बाबा साहिब अंबेडकर दे पैरलर होए आ और उस समय दे उस सदी दे जिहड़े होए आ, ते इस करके इन्हां दा अंदोलन भी जिहड़ा आ उह भी एक समाज सुधार दे तौर ते गिणिया जांदा। सो इन्हां ने बहुत जिहड़े बहुजन समाज लई बहुत अच्छे ते चंगे जिहड़े काम कीते आ। ओके, मेरा ख्याल जक्कू साहब एक लाइव कॉल फिर हो रखा है, असीं आपां लै लईए। हेलो नमो बुद्धा जय भीम जी। हां जी, मैं सुखीर चंद चौहान बोलदा। चौहान साहब तुहाडा बहुत बहुत स्वागत है लोटस टीवी ते। सब तो पहला तो मैं बेटी चौहान जी ने डिग्री प्राप्त की है जी ओनू वधाई दिना। देखो ये लड़किया नु जरूर उच्च जेडी सिक्ख्या प्राप्त करनी चाहिदी है जी, कदे समाज दा कल्याण होना। बिल्कुल, तां उहनां दे माता पिता दयाल चंद चौहान ते राणी चौहान नु भी बहुत वधाई दिना जी। जिहड़ा अज आपने मतलब रामा स्वामी पैरियर बारे प्रोग्राम रखिया, जिहड़ा भारत दा जिहड़ा समाज आ ਉਹਦੇ ਵਿੱਚ ਜਿੰਨੇ ਵੀ ਕੁਰੀਤੀਆਂ ਉਹਨਾਂ ਕੁਰੀਤੀਆਂ ਦੇ ਵਿਰੁੱਧ ਲੜਨ ਵਾਲੇ ਬਹੁਜਨ ਨਾਇਕਾਂ ਵਿੱਚੋਂ ਇੱਕ ਸਨ ਜੀ, ਜਿਹੜਾ ਤੁਸੀਂ ਜ਼ਿਕਰ ਕਰ ਵੀ ਚੁੱਕੇ ਹੋ, ਪਰ ਮੈਂ ਇਹ ਦੱਸਣਾ ਚਾਹੁੰਦਾ
ਬਈ ਉਹ ਇਸ ਤਰ੍ਹਾਂ ਦੇ ਇਨਸਾਨ ਸਨ ਬਈ ਉਹ ਬਹੁਤ ਉਹਨਾਂ ਦਾ ਜਿਹੜਾ ਇਰਾਦਾ ਸਾਫ ਸੀਗਾ ਜੀ। ਜਿਸ ਵੇਲੇ ਉਹ ਪੜ੍ਹਦੇ ਸਨ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਕਿਉਂਕਿ ਇਹਨਾਂ ਦੀ ਜਿਹੜੀ ਜਾਤ ਆ ਉਹ ਪਛੜੇ ਵਰਗਾਂ ਚ ਆਉਂਦੀ ਸੀ ਪਰ ਇਹ ਜਿਹੜੇ ਦਲਿਤ ਬੱਚੇ ਸੀ ਉਹਨਾਂ ਨਾਲ ਖੇਡਿਆ ਕਰਦੇ ਸਨ ਜੀ। ਤਾਂ ਮਾਪੇ ਇਹਨਾਂ ਨੂੰ ਬਹੁਤ ਰੋਕਦੇ ਸਨ ਬਈ ਤੂੰ ਇਹਨਾਂ ਦੇ ਨਾਲ ਕਿਉਂ ਖੇਡਦਾ ਪਰ ਇਹ ਉਹਨਾਂ ਨਾਲ ਹੀ ਖੇਡਦੇ ਰਹੇ ਨੇ ਕਿਹਾ ਵੀ ਮੈਂ ਸਮਾਜ ਦੇ ਵਿੱਚ ਕੋਈ ਭੇਦ ਭਾਵ ਨਹੀਂ ਚਾਹੁੰਦਾ ਮੈਂ ਬਰਾਬਰਤਾ ਚਾਹੁੰਦਾ। ਔਰ ਬਾਅਦ ਦੇ ਵਿੱਚ ਜਿਉਂ ਜਿਉਂ ਅੱਗੇ ਤੁਸੀਂ ਦੇਖਦੇ ਹਾਂ ਵੀ ਉਹ ਕਿਸ ਤਰ੍ਹਾਂ ਉਹਨੇ ਦੇਖਿਆ ਵੀ ਜਿਹੜੀ ਸਮਾਜ ਦੇ ਵਿੱਚ ਬਰਾਬਰੀ ਲਈ ਉਹਨੇ ਇੰਨੀ ਜੱਦੋ ਜਹਿਦ ਕੀਤੀ। ਪਰ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ ਉਸ ਵੇਲੇ ਜਿਹੜੀ ਕਾਂਗਰਸ ਪਾਰਟੀ ਆ ਉਹਦਾ ਬਹੁਤ ਜ਼ੋਰ ਸੀ ਜੀ। ਜਿਹੜਾ ਗਾਂਧੀ ਦੀ ਅਗਵਾਈ ਦੇ ਵਿੱਚ ਜਿਹੜੀ ਕਾਂਗਰਸ ਕੰਮ ਕਰ ਰਹੀ ਸੀ ਜਦ ਉਹਨਾਂ ਨੂੰ ਪਤਾ ਲੱਗਾ ਵੀ ਇਹ ਪਰਿਵਾਰ ਕਾਫੀ ਪੈਸੇ ਵਾਲਾ ਪਰਿਵਾਰ ਆ ਤਾਂ ਆਚਾਰੀਆ ਕ੍ਰਿਪਲਾਨੀ ਨੇ ਇਹਨਾਂ ਨੂੰ ਮਿਲ ਕੇ ਕਿਹਾ ਵੀ ਸਮਾਜ ਦੀ ਸੇਵਾ ਜੇ ਤੁਸੀਂ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਾਂਗਰਸ ਜੁਆਇਨ ਕਰੋ। ਇਹਨੀ ਉਹਨਾਂ ਦੇ ਆਚਾਰੀਆ ਕ੍ਰਿਪਲਾਨੀ ਦੇ ਕਹੇ ਤੇ ਕਾਂਗਰਸ ਜੁਆਇਨ ਕਰ ਲਈ। ਔਰ ਇੱਥੇ ਤੱਕ ਵੀ ਇਹ ਜਿਹੜਾ ਮਦਰਾਸ ਪ੍ਰੈਜੀਡੈਂਸੀ ਬਹੁਤ ਵੱਡੀ ਸੀ ਉਹਦੇ ਇਹ ਪ੍ਰਧਾਨ ਬਣ ਗਏ ਜੀ। ਪਰ ਜਿਸ ਵੇਲੇ ਇਹਨੇ ਦੇਖਿਆ ਵੀ ਇੰਨਾ ਭੇਦਭਾਵ ਕਾਂਗਰਸੀਆਂ ਦੇ ਵਿੱਚ ਹੀ ਸੀ ਵੀ ਉੱਥੇ ਜਿਹੜੀ ਕੰਟੀਨਾਂ ਵੀ ਵੱਖਰੀਆਂ ਸੀ, ਉੱਚੀ ਜਾਤ ਦੇ ਕਾਂਗਰਸੀਆਂ ਲਈ ਹੋਰ ਕੰਟੀਨ ਸੀ, ਜਿਹੜੇ ਦਲਿਤ ਸੀ ਉਹਨਾਂ ਲਈ ਹੋਰ ਸੀ ਔਰ ਉਹ ਇਕੱਠੇ ਬਹਿ ਵੀ ਨਹੀਂ ਸੀ ਸਕਦੇ। ਜਾਣੀ ਉਹਨੇ ਫਿਰ ਇਤਰਾਜ਼ ਕੀਤਾ ਤਾਂ ਉਹ ਜਦ ਇਹ ਗੱਲ ਗਾਂਧੀ ਕੋਲ ਪਹੁੰਚੀ ਤਾਂ ਉਹ ਗਾਂਧੀ ਨੇ ਕਿਹਾ ਵੀ ਇਸ ਗੱਲ ਨੂੰ ਦਬਾ ਕੇ ਰੱਖੋ ਜੀ, ਕਿਉਂਕਿ ਗਾਂਧੀ ਦਾ ਮੈਸੇਜ ਇਹ ਸੀਗਾ ਵੀ ਜਿਹੜਾ ਸੱਤਿਆਗ੍ਰਹਿ ਆ ਸਿਰਫ ਅੰਗਰੇਜ਼ਾਂ ਦੇ ਵਿਰੁੱਧ ਕਰਨਾ ਜੀ, ਵੀ ਜਿਹੜੇ ਉੱਚੀ ਜਾਤ ਦੇ ਲੋਕ ਆ ਉਹਨਾਂ ਦੇ ਵਿਰੁੱਧ ਨਹੀਂ ਕਰਨਾ, ਪਰ ਉਹ ਡਟੇ ਰਹੇ ਜੀ। ਪਰ ਫਿਰ ਇੱਥੇ ਤੱਕ ਗੱਲ ਆਈ ਵੀ ਜਿਹੜਾ ਟਰਾਵਨਕੋਰ ਤੱਕ ਚੀਨ ਦੋ ਬ੍ਰਾਹਮਣਾਂ ਦੇ ਰਾਜ ਸੀ, ਉੱਥੇ ਜਿਹੜੇ ਦਲਿਤ ਆ ਉਹਨਾਂ ਨੂੰ ਮੰਦਰਾਂ ਦੇ ਲਾਗੇ ਦੇ ਵੀ ਨਹੀਂ ਸੀ ਲੰਘਣ ਦਿੰਦੇ ਜੀ। ਜਾਣੀ ਉਹ ਨਰਾਇਣਾ ਗੁਰੂ ਨੇ ਕਈ ਸਾਲ ਤੋਂ ਜਾਣੀ ਉੱਥੇ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ, ਉਹ ਜਿਹੜਾ ਅੰਦੋਲਨ ਕਾਮਯਾਬ ਨਹੀਂ ਸੀ ਹੁੰਦਾ ਕਿਉਂਕਿ ਪੁਲਿਸ ਵੀ ਉਹਨਾਂ ਨੂੰ ਮਾਰਦੀ ਸੀ, ਉੱਚੀ ਜਾਤੀ ਲੋਕ ਵੀ ਮਾਰਦੇ ਸੀ ਜੀ, ਪਰ ਉਹ ਡਟੇ ਹੋਏ ਸੀ। ਪਰ ਜਿਸ ਵੇਲੇ ਨਰਾਇਣਾ ਗੁਰੂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਮਦਦ ਕਰੋ ਤਾਂ ਇਹਨੇ ਕਿਹਾ ਵੀ ਮੈਂ ਡਟ ਕੇ ਮਦਦ ਕਰਾਂਗਾ ਜੀ। ਔਰ ਇੱਥੇ ਤੱਕ ਇਹਨੇ ਕਿਹਾ ਵੀ ਜਿੱਦਣ ਮੈਂ ਉੱਥੇ ਆਵਾਂਗਾ ਲੱਖਾਂ ਹੀ ਲੋਕ ਮੇਰੇ ਨਾਲ ਆਉਣਗੇ ਜੀ। ਔਰ ਜਿਸ ਵੇਲੇ ਦੇਖੋ ਉਹ ਮਤਲਬ ਅੱਜ ਕੇਰਲਾ ਸਟੇਟ ਆ ਉੱਥੇ ਬਣੀ, ਔਰ ਜਿਸ ਵੇਲੇ ਆਏ ਇਹਨੇ ਜਾਣੀ ਚੁਣੌਤੀ ਦਿੱਤੀ ਵੀ ਲਓ ਸਾਨੂੰ ਹੁਣ ਕੋਈ ਰੋਕ ਕੇ ਦਿਖਾ ਲਓ ਜੀ, ਉਹ ਫਿਰ ਰਾਜੇ ਨੂੰ ਝੁਕਣਾ ਪਿਆ। ਉਹ ਜਿਸ ਵੇਲੇ ਮੋਰਚਾ ਫਤਿਹ ਹੋ ਗਿਆ 1925 ਦੇ ਵਿੱਚ ਫਤਿਹ ਹੋਇਆ ਤਾਂ ਉਸ ਵੇਲੇ ਗਾਂਧੀ ਨੇ ਇਹਨਾਂ ਨੂੰ ਬੁਲਾ ਕੇ ਕਿਹਾ ਵੀ ਤੈਂ ਬਹੁਤ ਮਾੜਾ ਕੰਮ ਕੀਤਾ ਵੀ ਤੈਨੂੰ ਇਹ ਤਾਂ ਕਰਨਾ ਨਹੀਂ ਸੀ ਚਾਹੀਦਾ। ਤੇ ਇੰਨੇ ਜਾਣੇ ਹੈਰਾਨ ਹੋ ਗਏ ਕਹਿੰਦੇ ਵੀ ਤੁਸੀਂ ਤਾਂ ਚਾਹੁੰਦੇ ਵੀ ਆਜ਼ਾਦੀ ਵੀ ਇਹਨਾਂ ਲੋਕਾਂ ਨੂੰ ਆਜ਼ਾਦੀ ਕਰ ਦੇਣੀ, ਪਰ ਉਹਨੇ ਤੁਸੀਂ ਦੇਖੋ ਵੀ ਉਦੋਂ ਹੀ ਆਪਣਾ ਜਿਹੜਾ ਤਿਆਗ ਪੱਤਰ ਲੈ ਕੇ ਗਾਂਧੀ ਨੂੰ ਦੇ ਦਿੱਤਾ ਵੀ ਮੈਂ ਕਾਂਗਰਸ 'ਚ ਰਹਿਣਾ ਹੀ ਨਹੀਂ, ਔਰ ਨਾਲ ਹੀ ਹੁਣ ਕਿਹਾ ਵੀ ਜਿਹੜੀ ਕਾਂਗਰਸ ਹੈ ਖਤਮ ਹੋਣੀ ਚਾਹੀਦੀ ਹੈ। ਤੁਸੀਂ ਤਾਂ ਕਹਿੰਦੇ ਹੋ ਵੀ ਤੁਸੀਂ ਜਦ ਆਪ ਹੀ ਭੇਦਭਾਵ ਕਰਦੇ ਆ ਤਾਂ ਉਹ ਡਟੇ ਰਹੇ, ਪਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਉਹਨੇ ਇੰਨੀਆਂ ਕਿਤਾਬਾਂ ਲਿਖੀਆਂ। ਜਿਹੜੀ ਪਹਿਲੀ ਕਿਤਾਬ ਦੀ ਜ਼ਿਆਦਾ ਚਰਚਾ ਹੋਈ ਆ ਉਹ ਜਿਹੜੀ ਹੁਣ ਤੁਸੀਂ ਦਿਖਾਉਂਦੇ ਆ ਉਹ ਸੱਚੀ ਰਮਾਇਣ ਸੀ, 1930 ਦੇ ਵਿੱਚ ਲਿਖੀ ਸੀ। ਜਿਸ ਵੇਲੇ ਉਹ ਕਿਤਾਬ ਛਪੀ ਤਾਂ ਉਸ ਵੇਲੇ ਆਰ ਐਸ ਐਸ ਨੇ ਇੰਨਾ ਰੌਲਾ ਪਾਇਆ, ਪਹਿਲਾਂ ਉਹ ਤਾਮਿਲ ਦੇ ਵਿੱਚ ਸੀਗੀ, ਫਿਰ ਬਾਅਦ ਦੇ ਵਿੱਚ ਇੰਗਲਿਸ਼ ਦੇ ਵਿੱਚ ਉਹਦਾ ਟ੍ਰਾਂਸਲੇਸ਼ਨ ਹੋਇਆ, ਹੋਰ ਜ਼ਬਾਨਾਂ ਦੇ ਵਿੱਚ ਹੋਇਆ। ਉਹਦੇ ਵਿੱਚ ਉਹਨੇ ਜੋ ਕੁਛ ਮਤਲਬ ਸੱਚ ਆ ਰਮਾਇਣ ਦਾ ਉਹ ਲਿਖਿਆ ਹੈਗਾ। ਔਰ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਜਸਟਿਸ ਪਾਰਟੀ ਬਣਾਈ, ਉਹਨੇ ਹੋਰ ਬਹੁਤ ਕੁਝ ਸੰਘਰਸ਼ ਕਰਦੇ ਰਹੇ। ਅਖੀਰ ਜਾਣੀ ਤੁਸੀਂ ਦੇਖੋ ਵੀ ਬਾਬਾ ਸਾਹਿਬ ਦੇ ਨਾਲ ਵੀ ਉਹਨਾਂ ਦਾ ਸੰਪਰਕ ਹੋਇਆ, ਉਹਨੇ ਬਾਬਾ ਸਾਹਿਬ ਨੂੰ ਕਿਹਾ, ਬਾਬਾ ਸਾਹਿਬ ਨੇ ਖੁਦ ਕਿਹਾ ਵੀ ਮੈਨੂੰ ਜਿਹੜੀ ਪ੍ਰੇਰਣਾ ਮਿਲੀ ਆ ਉਹ ਪਰਿਵਾਰ ਤੋਂ ਮਿਲੀ ਆ, ਜਿਹੜਾ ਵੈਕਮ ਦਾ ਜਿਹੜਾ ਅੰਦੋਲਨ ਜਿੱਤਿਆ 1925 ਚ। ਬਾਬਾ ਸਾਹਿਬ ਨੇ ਖੁਦ ਕਈ ਵਾਰੀ ਲਿਖਤਾਂ ਦੇ ਵਿੱਚ ਵੀ ਕਿਹਾ ਵੀ ਮੈਂ ਉਹਨਾਂ ਤੋਂ ਪ੍ਰੇਰਿਤ ਹੋਇਆ, ਔਰ ਬਾਅਦ ਦੇ ਵਿੱਚ ਜੱਦੋ ਜਹਿਦ ਹੋਈ। ਹੁਣ ਤੁਸੀਂ ਦੇਖੋ ਵੀ ਬਾਅਦ ਦੇ ਵੇਲੇ ਜਿਹੜੀ ਮੂਵਮੈਂਟ ਚੱਲੀ, ਜਿਸ ਵੇਲੇ ਬਾਬਾ ਸਾਹਿਬ ਨੇ ਬਹੁਤ ਧਰਮ ਅਖਤਿਆਰ ਕਰਨਾ ਸੀ, ਉਹਨੇ ਇਹਨਾਂ ਨੂੰ ਮਿਲ ਕੇ ਸਾਰਾ ਦੱਸਿਆ ਵੀ ਮੈਂ ਇਸ ਪਾਸੇ ਜਾ ਰਿਹਾ ਵੀ ਜਿਹੜਾ ਇਹ ਹਿੰਦੂ ਧਰਮ ਆ ਇਹਦਾ ਬਿਲਕੁਲ ਜਾਣੀ ਮਤਲਬ ਇਹ ਜਿਹੜਾ ਬ੍ਰਾਹਮਣਵਾਦ ਆ ਇਹਨੂੰ ਬਿਲਕੁਲ ਜੜਾਂ ਤੋਂ ਉਖਾੜ ਦੇਣਾ ਚਾਹੀਦਾ ਹੈਗਾ ਜੀ। ਉਹ ਉਹਨਾਂ ਦੇ ਨਾਲ ਡਟੇ ਰਹੇ, ਔਰ ਤੁਸੀਂ ਦੇਖੋ ਵੀ ਸਾਰੀ ਜ਼ਿੰਦਗੀ ਉਹਨੇ ਜੱਦੋ ਜਹਿਦ ਕੀਤੀ ਬਿਲਕੁਲ। ਔਰ 1971 ਦੇ ਵਿੱਚ ਜਿਹੜੀ ਆਰਾਮ ਚਰਿਤ ਮਾਨਸ ਆ ਇਹਦੇ 400 ਸਾਲ ਮਨਾਏ ਗਏ ਆ ਜੀ। ਉਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਜੀ, ਇੰਦਰਾ ਗਾਂਧੀ ਨੇ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਿਹੜੀ ਜਸ਼ਨ ਮਨਾਇਆ
ਇਹਨੇ ਇੰਨਾ ਵਿਰੋਧ ਤਾਮਿਲਨਾਡੂ ਦੇ ਵਿੱਚ ਕੀਤਾ ਵੀ ਤਾਮਿਲਨਾਡੂ ਦੇ ਜਗ੍ਹਾ ਜਗ੍ਹਾ ਤੇ ਪ੍ਰੋਟੈਸਟ ਕੀਤੇ ਔਰ ਕਿਹਾ ਵੀ ਜਿਹੜੀ ਇਹ ਕਿਤਾਬ ਆ ਇਹ ਤੇ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਤਾਂ ਲਿਖਿਆ ਢੋਲ ਗਵਾਰ ਸ਼ੁੱਧਰ ਪਸ਼ੁਨਾਰੀ ਜੇ ਸਭ ਧਾੜਨ ਕੇ ਅਧਿਕਾਰੀ ਸੋ ਅੱਜ ਦੇ ਪ੍ਰੋਗਰਾਮਾਂ ਤੇ ਮੈਂ ਬਹੁਤ ਜਾਣੀ ਇਹ ਦੱਸਣਾ ਚਾਹੁੰਦਾ ਵੀ ਦੇਖੋ ਜੋ ਕੁਝ ਸਾਡੇ ਬਹੁਜਨ ਨਾਇਕ ਸਾਨੂੰ ਸੰਦੇਸ਼ ਦੇ ਕੇ ਗਏ ਆ ਹਿੰਦੂ ਧਰਮ ਨੂੰ ਸਾਨੂੰ ਜ਼ਰੂਰ ਤਿਆਗਣਾ ਚਾਹੀਦਾ ਔਰ ਜੋ ਕਿਉਂਕਿ ਇਹਨਾਂ ਦਾ ਇਹ ਰੈਸ਼ਨਲ ਸੀਗੇ ਹਿਊਮਨਿਸਟ ਸੀਗੇ ਇਹਨੇ ਕਿਹਾ ਕਿ ਜਿਹੜਾ ਬੁੱਧ ਆ ਉਹ ਪਹਿਲਾਂ ਰੈਸ਼ਨਲ ਸੀਗਾ ਉਹ ਹਿਊਮਨਿਸਟ ਸੀਗਾ ਇਹ ਜਿਹੜੇ ਬਾਤ ਦੇ ਵਿੱਚ ਬ੍ਰਾਹਮਣਾਂ ਨੇ ਚਾਲ ਚੱਲੀ ਉਹਨਾਂ ਨੂੰ ਵਿਸ਼ਨੂੰ ਦਾ ਨੌਵਾਂ ਅਵਤਾਰ ਬਣਾ ਦਿੱਤਾ ਇਹ ਸਾਰੀਆਂ ਜਿੰਨੀਆਂ ਸਾਜਿਸ਼ਾਂ ਨੂੰ ਜ਼ਰੂਰ ਉਹਨੇ ਨੰਗਾ ਕੀਤਾ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਨਮੋ ਬੋਧ ਜੈ ਭਾਰਤ ਥੈਂਕ ਯੂ ਜੀ ਚੌਹਾਨ ਸਾਹਿਬ ਤੁਹਾਡੇ ਬਹੁਤ ਜਾਣਕਾਰੀ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ ਜਾਣਕਾਰੀ ਸੀਗੀ ਥੈਂਕ ਯੂ ਤੁਹਾਡਾ ਟਾਈਮ ਦੇਣ ਦਾ ਹਾਂਜੀ ਜਿਸ ਤਰ੍ਹਾਂ ਆਪਣੇ ਜੱਖੂ ਸਾਹਿਬ ਸੁਖੇ ਚੰਦ ਚੌਹਾਨ ਜੀ ਦੱਸ ਕੇ ਗਏ ਆ ਕਿ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਕਿ ਉਹਨਾਂ ਨੇ ਕਈ ਧਰਮ ਗ੍ਰੰਥ ਜਲਾਏ ਅਤੇ ਔਰ ਰਾਵਣ ਨੂੰ ਨਾਇਕ ਕਿਹਾ ਹੈ ਨਾ ਅਤੇ ਉਹਨਾਂ ਨੂੰ ਉਹਨਾਂ ਦੇਵੀ ਦੇਵਤਿਆਂ ਨੂੰ ਨਸ਼ਟ ਕਰ ਦਿਓ ਜਿਹੜਾ ਕਿ ਜਿਹੜਾ ਤੁਹਾਨੂੰ ਕੋਈ ਸ਼ੂਦਰ ਕਹਿ ਰਿਹਾ ਆ ਜੀ ਹੈ ਨਾ ਅਤੇ ਤੁਸੀਂ ਆਪਣੀ ਗੱਲ ਕੈਰੀ ਔਨ ਰੱਖ ਸਕਦੇ ਹਾਂ ਕਿ ਪੇਰੀਅਰ ਦਾ ਰਾਮਾ ਸਵਾਮੀ ਦਾ ਕੰਛੀ ਬਨਾਰਸ ਮੰਦਿਰ ਵਿੱਚ ਉਹਨਾਂ ਦਾ ਕਿਸ ਤਰ੍ਹਾਂ ਅਪਮਾਨ ਹੋਇਆ ਜੀ ਕਿਉਂ ਹੋਇਆ ਜੀ ਥੈਂਕ ਯੂ ਬਦਨ ਸਾਹਿਬ ਥੈਂਕ ਯੂ ਅਤੇ ਚੌਹਾਨ ਸਾਹਿਬ ਦਾ ਵੀ ਥੈਂਕ ਯੂ ਉਹਨਾਂ ਨੇ ਬਰੀਫਲੀ ਜਿਹੜੀ ਆ ਪੈਰੀ ਰਾਮਾ ਸਵਾਮੀ ਦੀ ਸਾਰੀ ਜਿਹੜੀ ਆ ਜੀਵਨ ਕਥਾ ਡਿਸਕਸ ਕਰ ਦਿੱਤੀ ਆ ਪੁਆਇੰਟ ਉਹਨਾਂ ਨੇ ਬਹੁਤ ਅੱਛੇ ਤਰੀਕੇ ਬਹੁਤ ਵਧੀਆ ਤਰੀਕੇ ਥੋੜ੍ਹੇ ਸਮੇਂ 'ਚ ਟੱਚ ਕਰ ਦਿੱਤੇ ਆ ਕਿਉਂਕਿ ਪੈਰੀ ਰਾਮਾ ਸਵਾਮੀ ਦੇ ਪ੍ਰੋਗਰਾਮ ਕਰਨ ਲਈ ਤਾਂ ਲੰਬਾ ਸਮਾਂ ਚਾਹੀਦਾ ਧੰਨਵਾਦ ਚੌਹਾਨ ਸਾਹਿਬ ਦਾ ਕਿਉਂਕਿ ਉਹਨਾਂ ਨੇ ਡਿਟੇਲ ਦੇ ਵਿੱਚ ਜਿਹੜੀ ਆ ਇੱਕ ਬਰੀਫਲੀ ਦੱਸ ਦਿੱਤਾ ਦਰਸ਼ਕਾਂ ਨੂੰ ਸੋ ਜਿਹੜੀਆਂ ਗੱਲਾਂ ਰਹਿ ਗਈਆਂ ਆਪਾਂ ਉਹ ਸਾਂਝੀਆਂ ਕਰਦੇ ਹਾਂ ਜਿੰਨਾ ਵੀ ਸਮਾਂ ਆਪਾਂ ਨੂੰ ਮਿਲਦਾ ਸੋ ਪੈਰੀ ਰਾਮਾ ਸਵਾਮੀ ਦਾ ਜਦੋਂ ਉਹ ਆਸਤਕ ਤੋਂ ਨਾਸਤਕ ਬਣਦੇ ਆ ਇਹ ਘਟਨਾ ਆ ਬਦਨ ਸਾਹਿਬ ਜੀ ਉਦੋਂ ਫਿਰ ਇਹ ਕਾਂਛੀ ਬਨਾਰਸ ਜਾਂਦੇ ਆ ਕਾਂਛੀ ਬਨਾਰਸ ਜਿਹੜੀ ਆ ਹਿੰਦੂਆਂ ਦਾ ਇੱਕ ਬਹੁਤ ਪਵਿੱਤਰ ਸਥਾਨ ਆ ਅਤੇ ਕਾਂਛੀ ਜਿਹੜੀ ਆ ਬਨਾਰਸ ਮੈਂ ਤੁਹਾਨੂੰ ਦੇਖੀ ਨੀਗੀ ਗੰਗਾ ਦੇ ਕਿਨਾਰੇ 'ਤੇ ਵਸੀ ਆ ਸ਼ਿਵ ਦੀ ਨਗਰੀ ਆ ਅਤੇ ਇਹ ਜਿਹੜੇ ਆ ਇਹ ਜਿੰਨੇ ਵੀ ਹਿੰਦੂ ਧਰਮ ਦੇ ਜ਼ਿਆਦਾਤਰ ਹੈਗੇ ਆ ਹੈੱਡ ਆਫਿਸ ਵੀ ਕਹਿ ਸਕਦੇ ਹਾਂ ਜਾਂ ਧਰਮ ਦਾ ਪ੍ਰਸਾਰ ਕਾਫੀ ਹੁੰਦਾ ਔਰ ਜਿਹੜੇ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਵੀ ਕਾਂਛੀ ਬਨਾਰਸ ਤੋਂ ਮੈਂਬਰ ਪਾਰਲੀਮੈਂਟ ਬਣੇ ਆ ਹਾਂਜੀ ਸੋ ਮੇਰੇ ਖਿਆਲ ਅੱਜ ਉਹਨਾਂ ਦਾ ਵੀ ਜਨਮ ਦਿਨ ਆ ਅਤੇ ਸਨ ਦਾ ਮੈਨੂੰ ਪਤਾ ਨਹੀਂ ਕਿਹੜਾ ਆ ਅਤੇ ਖੈਰ ਉਹਨਾਂ ਨੂੰ ਵੀ ਵਧਾਈ ਸੋ ਕਾਂਛੀ ਬਨਾਰਸ ਦੀ ਜਿਹੜੀ ਘਟਨਾ ਆ ਬਦਨ ਸਾਹਿਬ ਉਹ ਇਸ ਤਰ੍ਹਾਂ ਆ ਬਈ ਇਹ ਕਾਂਛੀ ਵੈਸੇ ਤਾਂ ਦੇਖਣ ਜਾਂਦੇ ਆ ਬਈ ਹਿੰਦੂ ਧਰਮ ਦੇ ਰੀਤੀ ਰਿਵਾਜ਼ ਕੀ ਆ ਜਾਂ ਦੂਸਰੇ ਲੋਕਾਂ ਨਾਲ ਕਿਸ ਤਰੀਕੇ ਦਾ ਇਹ ਵਿਵਹਾਰ ਕਰਦੇ ਆ ਜੀ ਉੱਥੇ ਹੁੰਦਾ ਕਿ ਕਾਂਛੀ ਦੇ ਵਿੱਚ ਇੱਕ ਜਿਹੜਾ ਆ ਸਪੈਸ਼ਲ ਬ੍ਰਾਹਮਣਾਂ ਲਈ ਲੰਗਰ ਲਾਇਆ ਜਾਂਦਾ ਅੱਛਾ ਇੱਕ VIP ਆਦਮੀਆਂ ਦੇ ਲਈ ਲੰਗਰ ਲਾਇਆ ਜਾਂਦਾ ਆ ਅਤੇ ਉਹ ਜਿਹੜਾ ਲੰਗਰ ਵੀ ਆ ਉਹ ਜ਼ਮੀਨ 'ਤੇ ਬਿਠਾ ਕੇ ਖਿਲਾਇਆ ਜਾਂਦਾ ਆ ਉਹਦਾ ਇੱਕ ਕਾਰਨ ਆ ਕਿ ਉਹ ਜਿਹੜੇ ਜਦੋਂ ਉਹ ਜ਼ਮੀਨ 'ਤੇ ਬੈਠਣਗੇ ਜਿਹੜਾ ਜੰਜੂ ਪਾਇਆ ਹੁੰਦਾ ਉਹ ਨਜ਼ਰ ਆਉਣਾ ਚਾਹੀਦਾ ਆ ਉਹਨਾਂ ਦਾ ਇੱਕ ਮਤਲਬ ਇੱਕ ਇਹ ਵਿਚਾਰ ਆ ਹਾਂ ਬਈ ਜਦੋਂ ਉਹ ਬੈਠ ਕੇ ਪ੍ਰਸ਼ਾਦਾ ਛਕਣਗੇ ਨਾ ਲੰਗਰ ਛਕਣਗੇ ਤੇ ਉਹ ਜਿਹੜਾ ਜਨੇਊ ਪਾਇਆ ਹੋਇਆ ਆਮ ਆਦਮੀ ਨੂੰ ਜਾਂ ਵਰਤਾਉਣ ਵਾਲਿਆਂ ਨੂੰ ਦਿਸਣਾ ਚਾਹੀਦਾ ਮਤਲਬ ਇਸ ਤਰ੍ਹਾਂ ਦੀ ਉਹ ਇਹਨਾਂ ਦੀ ਪ੍ਰਥਾ ਹੈਗੀ ਆ ਸੋ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਤਾਂ ਸਪੈਸ਼ਲ ਬ੍ਰਾਹਮਣਾਂ ਵਾਸਤੇ ਲੰਗਰ ਆ ਤੇ ਦੂਸਰੇ ਬੰਦਿਆਂ ਨੂੰ ਜਿਹੜੇ ਉਹ ਨਹੀਂ ਮਤਲਬ ਲੰਗਰ ਦਿੱਤਾ ਜਾਂਦਾ ਔਰ ਜ਼ਬਰਦਸਤੀ ਧਰਮ ਦੀ ਪਾਠ ਪੂਜਾ ਕਰਾਈ ਜਾਂਦੀ ਆ ਉਹਨਾਂ ਤੋਂ ਦਾਨ ਦੀਕਸ਼ਾ ਲਈ ਜਾਂਦੀ ਆ ਹੋਰ ਜਿਹੜੇ ਲੋਕ ਹੈਗੇ ਆ ਜੀ ਸੋ ਇਸੇ ਸੰਬੰਧ ਵਿੱਚ ਫਿਰ ਉਹ ਵੀ ਚਾਹੁੰਦੇ ਆ ਕਿ ਮੈਂ ਵੀ ਇਹ ਜਿਹੜਾ ਲੰਗਰ ਛਕਾਂ ਅਤੇ ਜਦੋਂ ਫਿਰ ਇਹ ਦੇਖਦੇ ਆ ਕਿ ਸਪੈਸ਼ਲ ਬ੍ਰਾਹਮਣਾਂ ਲਈ ਆ ਅਤੇ ਉਹ ਫਿਰ ਆਪਣਾ ਇਹਨਾਂ ਦਾ ਪਹਿਰਾਵਾ ਜਿੱਦਾਂ ਆਪਾਂ ਫੋਟੋ 'ਚ ਦੇਖਦੇ ਹਾਂ ਵਾਲ ਲੰਬੇ ਆ ਮੁੱਛਾਂ ਰੱਖੀਆਂ ਆ ਅਤੇ ਬ੍ਰਾਹਮਣ ਦਾ ਜਿਹੜਾ ਇਹ ਹੁਲੀਆ ਜਾਂ ਸੂਰਤ ਸ਼ਕਲ ਇਸ ਤਰ੍ਹਾਂ ਨੇਗੀ ਇਹ ਉਹਨਾਂ ਨੂੰ ਲੱਗਿਆ ਕਿ ਇਹ ਗੈਰ ਬ੍ਰਾਹਮਣ ਆ ਹੋ ਸਕਦਾ ਮੁਸਲਮਾਨ ਹੋਵੇ ਜਾਂ ਕਿਸੇ ਹੋਰ ਧਰਮ ਨੂੰ ਬਿਲੋਂਗ ਕਰਦਾ ਹੋਵੇ ਇਹਨਾਂ ਨੇ ਇੱਕ ਇੱਦਾਂ ਦਾ ਪਹਿਰਾਵਾ ਬਣਾ ਕੇ ਲੰਗਰ ਛਕਣ ਦੀ ਕੋਸ਼ਿਸ਼ ਕੀਤੀ ਆ ਪਰ ਜਿਹੜਾ ਗੇਟ ਕੀਪਰ ਆ ਜਾਂ ਜਿਹੜਾ ਸਿਕਿਉਰਿਟੀ ਵਾਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਬ੍ਰਾਹਮਣ ਫਿਰ ਧੱਕੇ ਮਾਰ ਕੇ ਇਹਨਾਂ ਨੂੰ ਉੱਥੋਂ ਕੱਢਿਆ ਜਾਂਦਾ ਆ ਜਿੱਥੋਂ ਇਹ ਫਿਰ ਇੱਕ ਨਾਸਤਿਕ ਬਣਦੇ ਆ ਫਿਰ ਇਹ ਕਹਿੰਦੇ ਆ ਵੀ ਇਦੋਂ ਤਾਂ ਫਿਰ ਨਾਸਤਕ ਹੀ ਚੰਗਾ ਆ ਜੇ ਆਸਤਕ ਹੋਣ ਦੇ ਬਾਵਜੂਦ ਵੀ ਜਿਹੜਾ ਅਸੀਂ ਮੰਦਰ 'ਚ ਨਹੀਂ ਜਾ ਸਕਦੇ ਜਾਂ ਪ੍ਰਸ਼ਾਦ ਨਹੀਂ ਲੈ ਸਕਦੇ ਇਹ ਛੱਕ ਨਹੀਂ ਛੱਕਦੇ ਤੇ ਫਿਰ ਫਾਇਦਾ ਕੀ ਆ ਫਿਰ ਉਹ ਫਿਰ ਇਹ ਬਦਨ ਸਾਹਿਬ ਦੇਖੋ ਇੱਕ ਇਹ ਇੰਨਾ ਮਤਲਬ ਇਹ ਭੁੱਖ ਲੱਗੀ ਹੋਣ ਦੇ ਬਾਵਜੂਦ ਵੀ ਜਿਹੜੇ ਪੱਤਰ ਸੀ ਜੂਠੇ ਪੱਤਰ ਸੀ ਜਿਹਨਾਂ ਦੇ ਉੱਤੇ ਭੋਜਨ ਹੁੰਦਾ ਆ ਸਿੱਟਿਆ ਉਹਨਾਂ ਪੱਤਰਾਂ ਤੋਂ ਚੱਕ ਕੇ ਇਹਨਾਂ ਨੇ ਫਿਰ ਇਹ ਕੁਛ ਖਾਧਾ ਆ ਤੇ ਇਸ ਕਰਕੇ ਮਤਲਬ ਉੱਥੋਂ ਫਿਰ ਨਾਸਤਕ ਬਣਦੇ ਆ ਇਹਨਾਂ ਨੂੰ ਵੀ ਮੰਦਰ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਬਹੁਤ ਵੱਡੀ ਘਟਨਾ ਇਹਨਾਂ ਦੀ ਲਾਈਫ 'ਚ ਹੈਗੀ ਆ ਜਿੱਥੋਂ ਇਹ ਇਹਨਾਂ ਦਾ ਫਿਰ ਜੀਵਨ ਜਿਹੜਾ ਚੇਂਜ ਹੋ ਜਾਂਦਾ ਜੀ ਜੀ
आप ही वह कहते हैं कि मैं सब कुछ किया, देवी देवतियों की मूर्तियां भी तोड़िया, तस्वीर भी जला दतियां, फिर भी मेरी सभावां दे विच हजारां लोग इकट्ठे हो रहे हैं, तो साफ दिसदा है कि लोग जागृत हो रहे हैं और सियाने हो रहे हैं। बिल्कुल जी, है जी? जी। और उन्होंने कहा कि ब्राह्मण सानू सिर्फ और सिर्फ अंधविश्वासी बनाने लिए तैयार करता है, खुद ऐश करता है जी, है जी, ऐश करता है, सानू अछूत कह के नफरत करता है जी। तुसी इहदे बारे की कहोगे, जिदां की पेरिए रामा स्वामी ने कभी अछूतों के हक विच कोई अंदोलन किया, किहड़े उन्होंने हक लैके दिते? देखो बदल साहब, आप जदों भी गल करते इन्हां दे जीवन लाइफ ते, ते ए तकरीबन जिदा चौहान साहब भी दस के गए भी इन्होंने ज़्यादातर जड़े अछूतों वास्ते जड़े आ बहुत सारे जड़े काम किए आ। आप बेशक पछड़े वर्ग में बिलोंग करते जिन्हों आप बैकवर्ड कास्ट कहने, तो जे अति शूद्र आ जिसे शड्यूल कास्ट शड्यूल ट्राइब आ जाते, उन्होंने रल के खेडते पढ़ते होंगे सके। सो उहदे लई इन्होंने बहुजन समाज के जां अछूत समाज के लिए जिहड़े आ मतलब तो अलावा होर भी बहुत सारे जिहड़े इन्हां दे भलाई दे काम कीते, इन्होंने विधवा औरतां नूं दुबारा मैरिज कराउण लई, फिर बाल व्यवस्था के खिलाफ जिहड़े रीति रिवाज है हिंदू धर्म के उन्होंने खिलाफ, जिहड़े ब्याह दे विच कहिंदे सी पंडित नूं ना सद्या जावे, तो फिर जिहड़ियां होर बहुत सारियां कृतियां सी उन्होंने खिलाफ उन्होंने अंदोलन किए आ। तो नाल दी नाल फिर इन्होंने जिहड़ा बहुत वड्डा जिक्र करके गए चौहान साहब, केरला दे जिहड़े होए आ नारायणा गुरु जिन्हों का 20 सितंबर को प्री निर्माण दिवस आ, उन्होंने जिहड़ा वेंकौम जिहड़ा अंदोलन शुरू किया सी, उहदे विच फिर इन्हां दी सपोर्ट लई आ, भी इन्हों क्या भी तुसी साडा मतलब साथ दिओ, फिर वह अंदोलन भी सफल हुंदा आ। सो इस करके मतलब ये समाज सुधार के लिए बहुत सारे काम किए दूसरे महापुरशां नाल रल के जी। जी, तो उन्होंने एक नास्तिक बारे उन्होंने की परिभाषा सी, उन्होंने की नास्तिक क्यों बनना पैंदा, जिदा नास्तिक होना कोई आसान नहीं है कि कोई भी ना समझ ईश्वर नूं मन के, वो तो सीधी जी गल है, जे तुसी बिल्कुल बेवकूफ बनना के चंगी तरह बन जावो, है ना भाई, तुसी लो जी मेरे तो एक बस है नहीं गा, जो करूगा तू ही करेगा, तू ही करेगा। सो वह कहिंदा सी नास्तिक दी ये तो बहुत तपस्या वाली गल आ, उहदे नाल किन्नियां लोकां दे नाल खिलाफ होना पैंदा, कईआं दे नाल विरुद्ध होना पैंदा, ते उन्होंने ये लिखा सी भाई नास्तिक दी की परिभाषा तुसी की कहोगे? देखो देखो जिहड़ी जिद्दां तुसी दस रहे आ भी नास्तिक जिहड़ा होना बहुत औखा आ। हाँ जी, आस्तिक होना सौखा आ, आस्तिक एक रब दे उत्ते सुट देना, बिल्कुल बई जो कुछ भी करता रब करता, आस्तिक होने लई पढ़न दी जरूरत नहीं गी जी, नास्तिक होने वास्ते तुहानूं मतलब तर्क बुद्धि ते विज्ञान दा होना जरूरी है, तुहानूं पढ़ना पैणा आ बहुत सारा, तुसी ज्ञान प्राप्त करके फिर नास्तिक दा जिहड़ा मतलब अपना पक्ष रख सकदे आ तर्क दलील दे नाल। नास्तिक होना जिहड़ा आ इह इक मतलब हिम्मत दी लोड़ आ, बिल्कुल एक हौसले दी लोड़ आ, एक दृढ़ इरादे दी लोड़ आ नास्तिक होने लई, और नास्तिक होने दे नाल नाल फिर आपां जिहड़े हो सकदा नेक्स्ट क्वेश्चन भी तुहाडा ही होवे, फिर ईश्वर दे बारे च भी बहुत सवाल जवाब जिहड़े कीते आ मतलब वह भी एक बहुत ही जिहड़े आ हैरानीजनक कह सकदे आ, जां एक आस्तिक जिहड़ा आ लोकां दी बणी आ परमात्मा दे प्रति एक आस्था बणी आ, ਉਹਨੂੰ ਲੋਕਾਂ ਦੇ ਵਿੱਚੋਂ ਕੱਢਣ ਦੇ ਲਈ ਜੀ ਮਤਲਬ ਪਰਮਾਤਮਾ ਦੇ ਨਾਲ ਇੱਕ ਵਿਚਾਰ ਚਰਚਾ ਕਰਦੇ ਸਵਾਲ ਜਵਾਬ ਕਰਦੇ ਆ ਵੀ ਤੂੰ ਜੇ ਆਸਤਕਿਆਂ ਤੇ ਆ ਨਹੀਂ ਕਰਦਾ ਤੇ ਤੂੰ ਤਾਂ ਨਾਸਤਕ ਹੀ ਚੰਗਾ ਆ, ਉਹ ਬਹੁਤ ਸਾਰੇ ਸਵਾਲਾਂ ਤੇ ਜਿਹੜਾ ਵਿਵਾਦ ਵੀ ਹੁੰਦਾ ਰਿਹਾ। ਹਾਂਜੀ, ਉਹ ਉਹਨਾਂ ਨੇ ਪੇਰੀਅਰ ਨੇ ਈਸ਼ਵਰ ਤੋਂ 10 ਸਵਾਲ ਪੁੱਛੇ ਆ ਜੀ ਜੀ ਜੀ, ਉਹ 10 ਸਵਾਲ ਜਿਹੜੇ ਆ ਮੈਂ ਸ਼ੁਰੂ ਮੈਂ ਕਰ ਦਿੰਦਾ, ਬਾਕੀ ਤੇ ਤੁਸੀਂ ਦੱਸੋਗੇ। ਨਹੀਂ ਕੋਈ ਨਹੀਂ, ਦੱਸ। ਈਸ਼ਵਰ ਤੋਂ ਇੱਕ ਬੁਜ਼ਦਿਲ ਹੈ ਜਿਹੜਾ ਤੂੰ ਸਦਾ ਲੁਕ ਲੁਕ ਕੇ ਰਹਿੰਦਾ ਹੈ, ਬਿਲਕੁਲ ਕੀ ਤੂੰ ਇੰਨਾ ਖੁਸ਼ਾਮਦ ਪ੍ਰਸਤ ਹੈ ਜੋ ਲੋਕਾਂ ਤਾਂ ਆਪਣੀ ਮਹਿਮਾ ਹੀ ਗਾਉਂਦੇ ਰਹਿੰਦੇ ਆ, ਕੋਈ ਗੱਲ ਨਹੀਂ ਕੋਈ ਵਾਸਤਾ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਪ੍ਰਭੂ ਤੂੰ ਹੀ ਤੂੰ ਹੀ ਜੀ 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 ਤੂੰ ਹੀ, ਤੇ ਤੁਸੀਂ ਇਹਨੂੰ ਦੇ ਬਾਰੇ ਕੀ ਕਹੋਗੇ? ਦੇਖੋ ਇਹ 10 ਨਹੀਂ, ਮੈਂ ਤਾਂ ਸਮਾਂ ਇਹਨੂੰ 15 ਕਹਿੰਦਾ ਆ, ਮਤਲਬ 10 ਨੇਗੇ, ਉਹਨਾਂ ਨੇ ਲਗਭਗ 15 ਤੋਂ ਵੱਧ ਸਵਾਲ ਕੀਤੇ ਆ ਪਰਮਾਤਮਾ ਨੂੰ, ਬਈ ਮਤਲਬ ਜੇ ਤੂੰ ਮਤਲਬ ਇੱਕ ਜੇ ਤੂੰ ਇੱਕ ਜਿਹੜਾ ਬਹਾਦਰ ਆ ਵੀ ਜਿਹੜੇ ਮਤਲਬ ਇਹ ਤੇਰੇ ਇਸ ਸਮੇਂ 'ਚ ਰੇਪ ਬਲਾਤਕਾਰ ਲੁੱਟਾਂ ਖੋਹਾਂ ਹੁੰਦੀਆਂ ਤਸ਼ੱਦਦ ਹੁੰਦੇ ਆ ਜਾਂ ਜਿਹੜੀ ਮਤਲਬ ਕੁੱਟਮਾਰ ਹੁੰਦੀ ਫਿਰ ਉਹ ਕਿਉਂ ਨਹੀਂ ਰੁਕਦੀ, ਫਿਰ ਜੇ ਤੂੰ ਮਤਲਬ ਇੰਨਾ ਹੈਗਾ ਆ ਮਤਲਬ ਤੇ ਫਿਰ ਜਿਹੜੇ ਨੂੰ ਨਾਸਤਕ ਨੂੰ ਤੂੰ ਪੈਦਾ ਕਿਉਂ ਕਰਦਾ ਆ,
ते फिर जे तू एक तू भुखा है मतलब जेडे फल फ्रूट की मंग करता है कि तू एक सोने का व्यापारी है जेडे अपने मंदिरां दे विच सोना दवाई रखता है ते मतलब कि तू मतलब जेडा एह एक मासाहारी है जेड़ा पशुआं दी बली लेना और जेड़ा मैं मांस मतलब अपने मंदिरां दे विच चढ़ाउणा सो बहुत सारे सवाल जेड़े वदन साहब हैगे आ मतलब ये 10 तों वध और 15 तों वध भी हैगे आ और जेड़े सवाल जवाब परमात्मा नूं कीते आ सो नाल दी नाल मैं एक नाल तुहानूं होर दसदा इन्हां ने परमात्मा दे प्रति जिहड़ियां कोटेशनां वरतियां आ वी परमात्मा नूं मन्नण वाला एक मूर्ख होगा जिहड़ा इहदा प्रचार प्रसार होगा उह इक महामूर्ख होगा जिहड़ा इहनूं मंनदा आ उह इक मतलब बुजदिल होगा इस तरह के बहुत सारे और इन्हां दे स्टेचू दे हेठां भी जिहड़ियां कोटेशनां लिखियां आ उहदे हाँ उहदे इतराज़ तों भी उत्थे दे लोकां ने तमिलनाडु दे लोकां ने जिहड़ा कोर्ट दे विच रिट कर दित्ती और कोर्ट च रिट कीती उस मद्रास हाई कोर्ट ने डिसीजन दिता कि ई बी पैरियर रामास्वामी अपने विचारां ते अडोल सीगे अपने विचारां ते खड़दे सी जी और खड़ा उतरदे सी मनदे सीगे इस करके उन्हां दीआं मूर्तियां दे थले लिखे हुए शब्द कदे भी हटाए नहीं जा सकते मतलब ये कोर्ट का फैसला आ सो इस करके मतलब इन्हां दी जिहड़ी एक बहुत वड्डी आ समाज नूं जागृत करन दे विच बहुत वड्डी जी योगदान है उन्हों का जी हाँ जी तो तुम ये देखो ना भी पुजारियों ने कभी अज तक वो कहते ये दसो कि जेड़े पुजारी आ उन्हें अज तक किसी वेले भूचाल आया एडे बड़े करोना आया उन्हें किसी ने कोई एक दवानी दी अज तक मंदिर बंद हो गया मंदिर बंद हो गया सारा कुछ हो गया फिर तुम ये देखो लखा इन्नी करोड़ा अरबा रुपया बार पिया लोग बार भुखे मरते आ जी लोग बार भुखे मरते हैं तुम दसो भी ये कितने का तुहाडा रब आ कितने की इंसानियत है जी कह रहे नहीं भाई अपने प्रोग्राम फॉल कॉल आए आप देखते हैं की कहते हैं अमिताभ कौलधार दर्शना कौलधार जी वालों दयाल चंद चौहान के परिवार को बहुत बहुत बधाई तो सुमन नूं बधाई वेलकम बैक मुल्कराज जी थैंक यू वेरी मच कौल जी अमिताभ जी मूर्तिमल भजनमल सुमन जी को बहुत बहुत बधाइयां तो के एल चांद बेडफोर्ड तो सुमन जी को बहुत बहुत बधाइयां तो हंसराज महमी पालो महमी वालों अपने सुमन नूं बधाइयां अते हंस दयाल चंद दे बच्ची नूं भी बधाइयां रमेश जसल सत्या जसल दयाल चंद ते राज राणी नूं बहुत बहुत बधाइयां उन्हां दी बच्ची डिग्री लई आ रमेश दादरा मीना दादरा जी वालों सुमन कौल नूं बहुत बहुत बधाइयां वॉइस ऑफ इंडिया दीवान मिंद्रा जी वालों बहुत बहुत बधाइयां प्रेम चमकीला नरेंद्र कौर चमकीला सुमन नूं बहुत बहुत बधाइयां श्याम लाल कैंथ जी वालों दयाल चंद जी नूं बहुत बहुत बधाइयां उर्मला कौल दे परिवार वालों सुमन दिन दे जन्मदिन दियां बहुत बहुत बधाइयां नंजो रत्तू अते नूं नंजो रत्तू वालों सुमन नूं बहुत बहुत बधाइयां सुमित्री दादरा जी जगदीश राय दादरा सुमन नूं जन्मदिन दियां बहुत बहुत बधाइयां निर्मला भाटिया वालों प्रोग्राम देख रहे हैं बहुत वधिया प्रोग्राम चल रहा तो दयाल चंद नूं भी बहुत बहुत बधाइयां राज राणी नूं भी बहुत बहुत बधाइयां शादी सलन सत्या सलन जी वालों बहुत बहुत बधाइयां देव सुमन बख्शो सुमन के परिवार वालों सुमन नूं बहुत बहुत बधाइयां सोहला रत्तू के परिवार वालों बहुत बहुत बधाइयां सो आप सब दा व्यूअर्स दा आप सब दर्शकों दा बहुत बहुत धन्यवाद जो आप जी ने फीडबैक दे रहे हो थैंक यू वेरी मच हाँ जी अपने लेखराज जी एक छोटा जिहा मड़ी जिहा लफ्ज़ है मैं अगर तुसी इजाजत देवो तो मैं करना चाहना हाँ दसो जी गलाए हैं हमने शरीर में इतनी दहक शैतानी भट्टियों में जी। मगर आज तुम्हें हम ही को छूने से हिचक होती है देखता हूं जब भी किसी गरीब के पीठ पर शोषण के बेरहम निशान लगता है जैसे ईश्वर है ही नहीं जी। लगता है जैसे ईश्वर है ही नहीं ईश्वर कुछ लोगों को स्वार्थ की उपज है ईश्वर जो है कुछ लोगों के स्वार्थ की उपज है जिससे वो सजाते रहे महल अपने मिटाकर गरीबों की झोंपड़ियाँ जी बिल्कुल जी उन्होंने इन्ना कुछ सानू दस के गए आ पर फिर असी फिर भी असी ओही अंधविश्वास के मगर चक्कर दे विच ज़्यादा पाए हाँ जी सो और दूसरा सगा गल के अपने
सवाल हो उन्हां दे नाल होर की तुसीं ऐड करना चाहोगे? देखो जी इन्हां दे नाल अपना थोड़ा जिहा राजनीतिक इन्हां दा जिहड़ा कैरियर रहा जिहड़ा उहदे ते आपां थोड़ा जिहा जिक्र करदे हां, क्योंकि इन्होंने 1919 तो 1925 तक जिहड़ी कांग्रेस ज्वाइन कीती सीगी, कांग्रेस पार्टी, ते कांग्रेस पार्टी दे बहुत सारे जिहड़े आ ਕੰਮਾਂ ਕਾਰਾਂ ਤੋਂ ਮਤਲਬ ਇਹ ਅਪਸੈਟ ਸੀਗੇ, ਉਹਨਾਂ ਨਾਲ ਸਹਿਮਤ ਨਹੀਂ ਸੀਗੇ। ਸੋ ਜਿਸ ਤਰ੍ਹਾਂ ਚੌਹਾਨ ਸਾਹਿਬ ਦੱਸ ਕੇ ਗਏ ਆ ਵੀ ਮਦਰਾਸ ਕੌਂਸਟੀਟਿਊਸੀ ਜਿਹੜੀ ਆ ਉਹਦੇ ਇਹ ਪ੍ਰਧਾਨ ਵੀ ਰਹੇ ਆ, ਉਸ ਸਮੇਂ ਬਦਨ ਸਾਹਿਬ ਮਦਰਾਸ, ਬੰਬੇ ਅਤੇ ਕਲਕੱਤਾ ਇਹ ਤਿੰਨ ਜਿਹੜੇ ਅੰਗਰੇਜ਼ਾਂ ਦੇ ਸੀਗੇ ਜਿੱਥੋਂ ਇਹ ਭਾਰਤ ਨੂੰ ਚਲਾਉਂਦੇ ਸੀਗੇ, ਤਿੰਨ ਵੱਡੇ ਜਿਹੜੇ ਮਤਲਬ ਇਹ ਸਟੇਟਸ ਸੀਗੀਆਂ। ਇੱਕ ਤਾਂ ਮਦਰਾਸ ਤਾਮਿਲਨਾਡੂ ਦੇ ਵਿੱਚ ਅਤੇ ਮਹਾਰਾਸ਼ਟਰ ਦੇ ਵਿੱਚ ਬੰਬੇ 'ਚ ਸੀ ਇਹਨਾਂ ਦਾ, ਅਤੇ ਵੈਸਟ ਬੰਗਾਲ ਪੱਛਮੀ ਬੰਗਾਲ ਕਲਕੱਤੇ ਸੀਗਾ। ਉਹ ਤਿੰਨ ਜਿਹੜੀਆਂ ਬਹੁਤ ਵੱਡੀਆਂ ਸਟੇਟਾਂ ਸੀਗੀਆਂ ਇਹ ਆਜ਼ਾਦੀ ਤੋਂ ਪਹਿਲਾਂ, ਜਿਹੜੀਆਂ ਤੋਂ ਜਿੱਥੋਂ ਅੰਗਰੇਜ਼ ਭਾਰਤ ਨੂੰ ਕੰਟਰੋਲ ਕਰਦੇ ਸੀਗੇ। ਅਤੇ ਉਸ ਮਦਰਾਸ ਪਹਿਲਾਂ ਤਾਂ ਇਰੋਡ ਜਿਹੜੀ ਹੈ ਇੱਕ ਮਿਊਂਸਪਲ ਕਮੇਟੀ ਸੀਗੀ, ਇਰੋਡ ਮਿਊਂਸਪਲ ਕਮੇਟੀ ਦੇ ਵੀ ਇਹ ਇੱਕ ਪ੍ਰੈਜ਼ੀਡੈਂਟ ਬਣਦੇ ਆ, ਪ੍ਰਧਾਨ ਬਣਦੇ ਆ, ਫਿਰ ਕਾਂਗਰਸ ਦੇ ਵੀ ਮੈਂਬਰ ਬਣਦੇ ਆ। ਕਾਂਗਰਸ ਦੇ ਮੈਂਬਰ ਤੋਂ ਬਾਅਦ ਫਿਰ ਇਹ ਕਾਂਗਰਸ ਦੇ ਮਦਰਾਸ ਜਿਹੜੀ ਆ ਇਹ ਜਿਹੜੀ ਸਟੇਟ ਜਾਂ ਪ੍ਰੈਜ਼ੀਡੈਂਸੀ ਆ ਉਹਦੇ ਪ੍ਰਧਾਨ ਬਣਦੇ ਆ। ਬਹੁਤ ਸਾਰੇ ਕਾਂਗਰਸ ਦੇ ਵਿੱਚ ਇਹਨਾਂ ਦੇ ਮਤਭੇਦ ਸੀਗੇ ਜੀ, ਤੇ ਜਿਹਦੇ ਤੋਂ ਮਤਲਬ ਮਹਾਤਮਾ ਗਾਂਧੀ ਦੁਖੀ ਸੀਗੇ। ਤੇ ਉਸ ਸਮੇਂ 'ਚ ਜਿਹੜੇ ਅੰਦੋਲਨ ਚਲਾਏ ਆ, ਨਾਮ ਮਿਲਵਰਤਨ ਦਾ ਅੰਦੋਲਨ ਚਲਾਇਆ ਆ, ਕੁਛ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਜਿਹੜੇ ਕੱਢਣ ਵਾਸਤੇ ਅੰਦੋਲਨ 'ਚ, ਉਹਨਾਂ 'ਚ ਇਹ ਸਾਥ ਸਹਿਯੋਗ ਦਿੰਦੇ ਰਹੇ ਆ। ਤੇ ਜਿੱਥੇ ਕਿਤੇ ਕਾਂਗਰਸ ਦੀਆਂ ਕਮੀਆਂ ਸੀ, ਇੱਥੋਂ ਤੱਕ ਕਿ ਆਪਣੇ ਪ੍ਰਧਾਨਗੀ ਦਾ 'ਚ 6 ਜਿਹੜੇ ਮਤੇ ਮਤਲਬ ਲੈ ਕੇ ਆਏ ਆ ਕਾਂਗਰਸ 'ਚ, ਜਿਹੜੇ ਅਛੂਤ ਵਰਗ ਦੇ ਲਈ ਆ, ਮਤਲਬ ਇਹਨਾਂ ਨੂੰ ਵੀ ਜਿਹੜੇ ਹੱਕ ਅਧਿਕਾਰ ਬਰਾਬਰ ਦਿੱਤੇ ਜਾਣ। ਔਰ ਇੱਥੋਂ ਤੱਕ ਵੀ ਉਹ ਗੱਲ ਕਰਦੇ ਸੀ ਵੀ ਜਿਹੜੇ 3-5% ਬ੍ਰਾਹਮਣ ਆ ਉਹ 90% ਜਿਹੜੇ ਮਤਲਬ ਅਹੁਦਿਆਂ ਦੇ ਉੱਤੇ ਬਿਰਾਜਮਾਨ ਆ, ਅਤੇ ਦੂਸਰੇ ਲੋਕਾਂ ਨੂੰ ਜਿਹੜੇ ਅਹੁਦੇ ਨਹੀਂ ਦਿੱਤੇ ਜਾਂਦੇ। ਔਰ 1919 ਤੋਂ 1925 ਤੱਕ ਇਹ ਕਾਂਗਰਸ ਹੈ, ਉਦੋਂ ਬਾਅਦ ਇਹਨਾਂ ਨੇ ਪਾਰਟੀ ਛੱਡ ਦਿੱਤੀ, ਕਾਂਗਰਸ ਦੀ ਜਿਹੜੀ ਆ ਇਹ ਪਾਰਟੀ ਛੱਡ ਦਿੱਤੀ, ਫਿਰ ਆਪਣੀ ਇੱਕ ਰਾਜਨੀਤਿਕ ਪਾਰਟੀ ਬਣਾਉਂਦੇ ਆ। 1940 ਤੱਕ ਆ ਜਾਂਦੇ, ਜਦ ਤੱਕ ਫਿਰ ਉਹਦੇ 'ਚ ਇੱਕ ਜਸਟਿਸ ਪਾਰਟੀ ਬਣਾਉਂਦੇ ਆ, ਉਸ ਜਸਟਿਸ ਪਾਰਟੀ ਤਹਿਤ ਫਿਰ ਇਹ ਅੰਦੋਲਨ ਚਲਾਉਂਦੇ ਆ, ਅਤੇ ਜਿਹਨੂੰ ਅੱਜ ਆਪਾਂ DMK ਕਹਿੰਦੇ ਤਾਮਿਲਨਾਡੂ ਦੀ, ਹਾਂ DMK ਜਿਹੜੀ ਤਾਮਿਲਨਾਡੂ ਦੇ ਵਿੱਚ ਅੱਜ ਵੀ ਇਹਨਾਂ ਦੀ ਉਹ ਨਾਂ ਦੀ ਚੱਲਦੀ, ਮਤਲਬ ਜਸਟਿਸ ਪਾਰਟੀ ਇੱਕ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦਾ ਜਿਹੜੀ ਅੰਦੋਲਨ ਚਲਾ ਰਹੀ ਆ। ਅਤੇ ਵੈਸੇ ਤਾਂ ਕੁਛ ਜਿਹੜੇ ਆ ਪੜ੍ਹਨ ਦਾ ਸੁਣਨ ਨੂੰ ਆਉਂਦਾ ਕਿ ਉਸੇ ਪਾਰਟੀ ਦਾ ਨਾਂ ਬਦਲ ਕੇ ਜਾਂ ਉਸੇ ਪਾਰਟੀ ਨੂੰ ਮਰਜ਼ ਕਰਕੇ DMK ਬਣਾਈ ਗਈ ਆ, ਵੀ ਉਹਦੀ ਇਹ ਤਹਿਤ ਹੀ ਆ ਜਿਹੜੀ ਪਾਰਟੀ ਆ ਚੱਲਦੀ। ਔਰ ਤਾਮਿਲਨਾਡੂ ਦੇ ਵਿੱਚ ਉਹਨਾਂ ਦਾ ਰਾਜ ਜਿਹੜਾ ਰਿਹਾ, ਫਿਰ ਉਸ ਤੋਂ ਬਾਅਦ ਜਿਹੜੀ ਆ AIDMK ਵੀ ਬਣੀ ਹੈ, AIADMK ਬਣੀ, ਹਾਂ ਉਹ ਫਿਰ ਜਿਹੜੀ ਆਪਾਂ ਤਾਮਿਲਨਾਡੂ ਜੈਲਲਿਤਾ ਵੀ ਮੁੱਖ ਮੰਤਰੀ ਰਹੀ ਆ, ਉਹ ਵੀ ਇਹ ਚਲਾਉਂਦੀ ਰਹੀ। ਔਰ ਤਾਮਿਲਨਾਡੂ ਦੀ ਇੱਕ ਖਾਸੀਅਤ ਆ, ਖਾਸ ਕਰਕੇ ਆਪਣੇ ਦੱਖਣ ਭਾਰਤ ਦੀ, ਜਿੱਥੇ ਮਤਲਬ ਜਿਹੜੀ ਰਿਜ਼ਰਵੇਸ਼ਨ ਉੱਤਰੀ ਭਾਰਤ ਨਾਲੋਂ ਜ਼ਿਆਦਾ ਲਾਗੂ ਆ, ਔਰ ਉਹ ਜਿਹੜੇ ਲੋਕ ਐਡਵਾਂਸ ਆ ਉੱਥੇ ਜਿਹੜੀ ਆ 49% ਤੱਕ ਜਿਹੜੀ ਆ ਮਤਲਬ ਰਿਜ਼ਰਵੇਸ਼ਨ OBC ਨੂੰ ਜਿਹੜੀ ਆ ਮਿਲਦੀ ਆ, ਔਰ ਮਤਲਬ 50 ਤੋਂ ਵੀ ਕਈ ਸਟੇਟਾਂ ਦੇ ਵਿੱਚ 50-60-70 ਤੋਂ ਵੀ ਉੱਪਰ ਬਦਨ ਸਾਹਿਬ ਜਿਹੜੀ ਇਹ ਮਿਲਦੀ ਆ, ਕਿਉਂਕਿ ਉੱਥੇ ਜਾਗਰਤੀ ਆ। ਅਤੇ ਇਸੇ ਹੀ ਕਾਰਨ ਕਰਕੇ ਜਿਹੜਾ ਮੰਡਲ ਕਮਿਸ਼ਨ ਦਾ ਅੰਦੋਲਨ ਹੋਇਆ ਸੀ ਦੱਖਣੀ ਭਾਰਤ ਵਿੱਚ, ਉਹਦਾ ਅਸਰ ਘੱਟ ਹੋਇਆ ਸੀ ਜੀ ਇਹਨਾਂ ਮਹਾਂਪੁਰਸ਼ਾਂ ਦੀ ਬਦੌਲਤ। ਔਰ ਜਿਹੜਾ ਨਰਾਇਣਾ ਗੁਰੂ ਆ ਉਹ ਕੇਰਲਾ ਨੂੰ ਬਿਲੋਂਗ ਕਰਦੇ ਸੀਗੇ, ਅਤੇ ਕੇਰਲਾ ਸਟੇਟ ਵੀ ਬਦਨ ਸਾਹਿਬ 1956 'ਚ ਬਣਦੀ ਆ। ਪਹਿਲਾਂ ਕੇਰਲਾ ਜਿਹੜਾ ਆ ਉਹ ਵੀ ਵੈਸਟ ਬੰਗਾਲ ਦਾ ਹੀ ਹਿੱਸਾ ਹੁੰਦਾ ਸੀਗਾ, ਇਹ ਜਿਹੜੀ ਆ 1956 ਦੇ ਵਿੱਚ ਕੇਰਲਾ ਸਟੇਟ ਇਹ ਬਣਦੀ ਆ। ਪਹਿਲਾਂ ਜਿਹੜਾ ਕੇਰਲਾ ਰਾਜ ਨਹੀਂ ਹੁੰਦਾ, ਮਤਲਬ ਇਹ ਉਦੋਂ ਬਣਦਾ 1956 ਦੇ ਵਿੱਚ। ਸੋ ਇਸ ਕਰਕੇ ਫਿਰ ਉਹ ਕੇਰਲਾ ਦੇ ਹੋਏ ਆ ਨਰਾਇਣਾ ਗੁਰੂ, ਅਤੇ ਜਿਹੜੇ ਵੈਸਟ ਬੰਗਾਲ ਦੇ ਵਿੱਚੋਂ ਇਹ ਹੋਏ ਆ ਆਪਣੇ ਤਾਮਿਲਨਾਡੂ ਦੇ ਵਿੱਚੋਂ ਪੈਰੀਅਰ ਰਾਮਾ ਸਵਾਮੀ ਹੋਏ, ਔਰ ਮਹਾਰਾਸ਼ਟਰ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੋਏ ਆ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਪੈਰਲਰ ਸੀਗੇ, ਉਹ ਵੀ 19ਵੀਂ ਸਦੀ ਦੇ ਆ, ਅਤੇ ਇਹ ਵੀ 19ਵੀਂ ਸਦੀ ਦੇ ਆਪਾਂ ਇਹਨਾਂ ਨੂੰ ਮਹਾਨ ਸਮਾਜ ਸੁਧਾਰਕ ਕਹਿੰਦੇ ਹਾਂ। ਔਰ 24 ਦਸੰਬਰ 1973 ਨੂੰ 1973 ਦੇ ਵਿੱਚ ਇਹ ਜਿਹੜੀ ਇਹਨਾਂ ਦੀ ਡੈਥ ਹੁੰਦੀ ਆ, ਔਰ ਛੋਟੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ, ਉਹ ਜਦੋਂ 19 ਸਾਲ ਦੀ ਹੁੰਦੀ, ਫਿਰ ਦੂਸਰੀ ਸ਼ਾਦੀ ਇਹਨਾਂ ਦੀ ਹੁੰਦੀ ਆ 1948 'ਚ ਲੇਟ ਆਵਰ, ਫਿਰ ਇਹ ਦੂਸਰਾ ਵਿਆਹ ਵੀ ਕਰਾਉਂਦੇ ਆ। ਸੋ ਉਸ ਵਿਆਹ 'ਤੇ ਕਈ ਵਾਰੀ ਕੁਛ ਬੰਦਿਆਂ ਨੇ ਸਵਾਲ ਮਤਲਬ ਉਠਾਏ ਸੀ ਕਿ ਆਪਣੀ ਛੋਟੀ ਉਮਰ ਤੋਂ ਜਿਹੜੀ ਇਹਨਾਂ ਨੇ ਜਿਹੜੀ ਆ ਕਾਫੀ ਛੋਟੀ ਉਮਰ ਦੀ ਜਿਹੜੀ ਔਰਤ ਨਾਲ ਇੱਕ ਦੁਆਰਾ ਸ਼ਾਦੀ ਕਰਾਈ ਆ। ਸੋ ਇਸ ਕਰਕੇ ਇਹ ਕਈ ਵਾਦਾਂ ਵਿਵਾਦਾਂ 'ਚ ਰਹੇ ਆ, ਪਰ ਇਸ ਵਾਦਾਂ ਵਿਵਾਦਾਂ 'ਚੋਂ ਜਿਹੜੀ ਖਾਸ ਗੱਲ ਇੱਕ ਆਪਾਂ ਹੋਰ ਸਾਂਝੀ ਕਰਦੇ ਹਾਂ, ਜਿਹੜੀ ਚੌਹਾਨ ਸਾਹਿਬ ਵੀ ਦੱਸ ਕੇ ਗਏ ਆ, ਕਿਉਂਕਿ ਉਹਨਾਂ ਨੇ ਸਾਰੀ ਇਹਨਾਂ ਦੀ ਜੀਵਨੀ ਦੇ ਉੱਤੇ ਮਤਲਬ ਜਿਹੜਾ ਜ਼ਿਕਰ ਕੀਤਾ, ਜਿਹੜੀ ਇੱਕ ਸੱਚੀ ਰਮਾਇਣ ਲਿਖੀ ਆ ਜੀ, ਸੱਚੀ ਰਮਾਇਣ ਲਿਖੀ ਆ ਔਰ ਤਾਮਿਲ ਭਾਸ਼ਾ 'ਚ ਲਿਖੀ ਆ,
तमिल भाषा तो बाद फिर यही जड़ी है इधर तर्जमा इंग्लिश भी होया और इंग्लिश तो बाद फिर ललई सिंह यादव ने हाँ जड़ा हिंदी दे वेच कीता और इना दे कोलों जड़ी 1960 च परमिशन लेके इससे ही सच्ची रामायण नू हिंदी दे वेच ट्रांसलेट कीता और ओदे दे फिर बैन लग गया जब्त कीतियां सी ओह सारियां वापस कीतियां गईयां। चलो इस करके बहुत सारे वादा विवादां च रहे और सच्ची रामायण दे विच इन्हां ने जिहड़ी इह मिथिहासक कहानियां सीगियां रामायण दी महाभारत दियां ते रामचंद्र दियां जिहड़े बनवास दियां सारियां कहानियां दा जिक्र कीता एक मिथिहासक आ ते इह एक राज सत्ता लैण दे लई मतलब कहानियां कड़ियां गईयां सी धर्म दे नाल इहनां दा कोई मतलब नहीं एक राज भाग हथियाउण दे लई जां राज भाग ते बरकरार रहन लई अपना राज भाग जिहड़ा स्थापित कैरी ऑन रखण दे लई ते उसे ही सच्ची रामायण नूं फिर जदों ट्रांसलेट करन तों बाद फिर उहदियां कापियां भी वापस कीतियां और उहनां नूं मुआवजा भी कोर्ट वल्लों दवाया गया ते उही जिहड़े फिर ललई सिंह यादव जिन्हां ने मतलब ये पैरी रामा स्वामी दक्षण भारत दे होए आ ते ललई सिंह यादव उत्तर भारत दे होए आ और इन्हां नूं दक्षण दा मतलब जां एशिया दा सुकरात भी कहिंदा यूनेस्को ने दा मतलब ये कोशिश भी कीता वी एशिया दा मतलब ये यूनेस्को ने भी एक एशिया दा सुकरात आ ते और इसे गल नूं फिर उत्तर भारत दा जिहड़ा ललई सिंह यादव आ उह यूपी नूं बिलोंग करदे ते सेम इसे तरह बाबा साहिब डॉक्टर अंबेडकर दा अंदोलन आ ते सब कांछी राम ने चलाया आ ਉਹ ਮਤਲਬ ਸੀਗੇ ਮਹਾਰਾਸ਼ਟਰ ਦੇ ਉੱਤੋਂ ਦੱਖਣ ਭਾਰਤ ਤੋਂ ਅਤੇ ਇਹ ਫਿਰ ਨੌਰਥ ਭਾਰਤ ਦੇ ਉੱਤੋਂ ਪੰਜਾਬ ਤੋਂ ਸਭ ਕਾਂਚੀਰਾਮ ਨੇ ਉਸੇ ਹੀ ਵਿਚਾਰਧਾਰਾ ਨੂੰ ਅੱਗੇ ਚਲਾਇਆ ਜਿਸ ਤਰ੍ਹਾਂ ਦਲੇਰ ਸਿੰਘ ਯਾਦਵ ਨੇ ਪੈਰੀ ਰਾਮਾ ਸਵਾਮੀ ਦਾ ਅੰਦੋਲਨ ਅੱਗੇ ਚਲਾਇਆ ਅੱਗੇ ਚਲਾਇਆ ਜੀ ਹਾਂਜੀ ਆਪਣੇ ਕੋਲ ਉੱਤੇ ਹੋਰ ਥੋੜ੍ਹੀ ਜਿਹੀ ਇੱਕ ਦੇਖ ਲਓ ਰੇਖਾ ਪੌਲ ਵਰਿੰਦਰ ਪੌਲ ਸੁਮਨ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਅਤੇ ਦਿਆਲ ਚੰਦ ਨੂੰ ਵੀ ਬਹੁਤ ਬਹੁਤ ਵਧਾਈਆਂ ਉਹਨਾਂ ਦੀ ਬੱਚੀ ਪੀ ਐੱਸ ਟੀ ਕੀਤੀ ਹੈ ਸ਼ੀਸ਼ ਬਦਨ ਵੱਲੋਂ ਸੁਮਨ ਨੂੰ ਬਹੁਤ ਬਹੁਤ ਵਧਾਈਆਂ ਤਰਸੇਮ ਕੌਲ ਦੇਬੋ ਕੌਲ ਦੇ ਪਰਿਵਾਰ ਵੱਲੋਂ ਸੁਮਨ ਨੂੰ ਬਹੁਤ ਬਹੁਤ ਵਧਾਈਆਂ ਅਤੇ ਸਾਡੇ ਵੱਲੋਂ ਵੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਤਰਸੇਮ ਕੌਲ ਦੇਬੋ ਕੌਲ ਦੇ ਪਰਿਵਾਰ ਵੱਲੋਂ ਸੁਮਨ ਨੂੰ ਬਹੁਤ ਬਹੁਤ ਵਧਾਈਆਂ ਮਦਨ ਲਾਲ ਚੌਹਾਨ ਨਿਰਮਲਾ ਚੌਹਾਨ ਵੈਰੀ ਗੁੱਡ ਪ੍ਰੋਗਰਾਮ ਸੁਮਨ ਨੂੰ ਵਧਾਈਆਂ ਦਿੰਦੇ ਹਨ ਅਤੇ ਉਰਮਲਾ ਕੌਲ ਦੇ ਪਰਿਵਾਰ ਵੱਲੋਂ ਸੁਮਨ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਸੋ ਇਹ ਸਨ ਸਾਡੇ ਕੁਛ ਕੋਲਸ ਜੀ ਆਪਾਂ ਕੋਲ ਟਾਈਮ ਤਾਂ ਰਹਿ ਗਿਆ ਬਿਲਕੁਲ ਥੋੜ੍ਹਾ ਹੀ ਪਰ ਫਿਰ ਵੀ ਆਪਾਂ ਮਾੜੀ ਜਿਹੀ ਇੱਕ ਛੋਟਾ ਜਿਹਾ ਕੁਐਸਚਨ ਆਪਾਂ ਜਿਹੜਾ ਅੱਜ ਕੱਲ੍ਹ ਜੋ ਭਾਰਤ ਵਿੱਚ ਹੋ ਰਿਹਾ ਜੀ ਅੱਜ ਇੱਕ ਨਵਾਂ ਹੀ ਸ਼ੋਸ਼ਾ ਛੱਡਿਆ ਗਿਆ ਕਿ ਉਹ ਜਿਹੜਾ ਸਨਾਤਨ ਧਰਮ ਨੂੰ ਕਹਿੰਦੇ ਖਤਮ ਕਰਨ ਦੇ ਲਈ ਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਆ ਕੀ ਤੁਹਾਡਾ ਵਿਚਾਰ ਆ ਦੇਖੋ ਇਹ ਬਦਨ ਸਾਹਿਬ ਜਿਹੜੇ ਭਾਰਤ ਦੇ ਵਿੱਚ ਜਿਹੜੇ ਸ਼ੋਸ਼ੇ ਜਿਹੜੇ ਆ ਨਾ ਇਹ ਇੱਕ ਸਮਾਜ ਨੂੰ ਇਹ ਪਰਖਣ ਵਾਸਤੇ ਛੱਡੇ ਜਾ ਰਹੇ ਆ ਵੀ ਸਮਾਜ ਜਿਹੜਾ ਆ ਕਿੱਥੇ ਕੁ ਤੱਕ ਮਤਲਬ ਜਾਗਰਤ ਆ ਮਤਲਬ ਇੱਕ ਨਹੀਂ ਬਹੁਤ ਸਾਰੇ ਐਸੇ ਸ਼ੋਸ਼ੇ ਆ ਚਾਹੇ ਉਹ ਸਮਾਜਿਕ ਆ ਚਾਹੇ ਧਾਰਮਿਕ ਆ ਚਾਹੇ ਆਰਥਿਕ ਆ ਚਾਹੇ ਰਾਜਨੀਤਿਕ ਆ ਇਸੇ ਤਰ੍ਹਾਂ ਦੇ ਜਿਹੜੇ ਸ਼ੋਸ਼ੇ ਛੱਡੇ ਜਾਂਦੇ ਆ ਲੋਕਾਂ ਨੂੰ ਮਤਲਬ ਪਰਖਣ ਵਾਸਤੇ ਜਿਸ ਤਰ੍ਹਾਂ 2 ਅਪ੍ਰੈਲ ਦਾ ਜਿਹੜਾ 2018 ਦੇ ਵਿੱਚ ਅੰਦੋਲਨ ਹੋਇਆ ਸੀ ਐਸ ਸੀ ਐਸ ਟੀ ਕਮਿਸ਼ਨ ਨੂੰ ਇਹਨਾਂ ਨੇ ਲੂਜ਼ ਕੀਤਾ ਸੀਗਾ ਅਤੇ ਉਹਦੇ ਅਗੇਂਸਟ ਸਾਰੇ ਭਾਰਤ ਵਿੱਚ ਅੰਦੋਲਨ ਹੈ ਅਤੇ ਉਹ ਵਾਪਸ ਲੈ ਲਿਆ ਇਸੇ ਤਰ੍ਹਾਂ ਜਿਹੜਾ ਰੋਸਟਰ ਸਕੀਮ ਆ ਉਹਦੇ ਅਗੇਂਸਟ ਵੀ ਪ੍ਰੋਟੈਸਟ ਹੋਇਆ ਅਤੇ ਜਿਹੜੀ ਇੱਕ ਨਵੀਂ ਐਜੂਕੇਸ਼ਨ ਪੋਲਿਸੀ ਲੈ ਕੇ ਆਉਂਦੀ ਆ ਇਹਨਾਂ ਨੇ ਅਤੇ ਉਹਦੇ ਅਗੇਂਸਟ ਵੀ ਜਿਹੜਾ ਅੰਦੋਲਨ ਹੋਇਆ ਜਦੋਂ ਜਦੋਂ ਕਿਤੇ ਇਹ ਸਮਾਂ ਮਿਲਦਾ ਆ ਜਿਹੜੀ ਅੱਜ ਭਾਰਤ ਦੀ ਜਿਹੜੀ ਸਰਕਾਰ ਆ ਇਹ ਬਦਨ ਸਾਹਿਬ ਇਹ ਇੱਕ ਆਰਐਸਐਸ ਦੀ ਜਿਹੜੀ ਮੈਂ ਤਾਂ ਕਹਿ ਸਕਦਾ ਇਹਦੇ ਪਿੱਛੇ ਜਿਹੜੀ ਇੱਕ ਆਰਐਸਐਸ ਜਿਹੜੀ ਆ ਕੰਮ ਕਰਦੀ ਆ ਮਤਲਬ ਇਹ ਜਿਹੜੀ ਆ ਇਹ ਸਰਕਾਰ ਹੈਗੀ ਆ ਅਤੇ ਉਹਦੀਆਂ ਪੋਲਿਸੀਆਂ ਦੇ ਉੱਤੇ ਚੱਲਦੀ ਆ ਕੁਛ ਨਾ ਕੁਛ ਜਿਹੜੀ ਆ ਮਤਲਬ ਉਹ ਇਹ ਇੱਦਾਂ ਦੇ ਮਤਲਬ ਸ਼ੋਸ਼ੇ ਛੱਡਦੀ ਔਰ ਨਾਲ ਦੀ ਨਾਲ ਜਿਹੜਾ ਨਵਾਂ ਇੱਕ ਸ਼ੋਸ਼ਾ ਆ ਉਹ ਹੈਗਾ ਇਹਨੂੰ ਭਾਰਤ ਕਿਹਾ ਜਾਵੇ ਭਾਰਤ ਕਿਹਾ ਜਦਕਿ ਸੰਵਿਧਾਨ ਦੇ ਵਿੱਚ ਇੰਡੀਆ ਦੈਟ ਇਜ਼ ਏ ਭਾਰਤ ਇਹ ਦੋਨੇ ਸ਼ਬਦ ਲਿਖੇ ਗਏ ਆ ਔਰ ਮੈਂ ਸਮਝਦਾ ਵੀ ਇਹ ਖਰੀ ਗੱਲ ਹੈ ਕਿਉਂਕਿ ਘੱਟੋ ਘੱਟ ਹਿੰਦੁਸਤਾਨ ਕਹਿਣਾ ਤਾਂ ਹਟਣਗੇ ਹਿੰਦੂਆਂ ਦਾ ਜਿਹੜਾ ਰਾਸ਼ਟਰ ਬਣਾਉਣ ਵਾਲੇ ਲੋਕਾਂ ਉਹਨਾਂ ਤੇ ਤਾਂ ਪਾਬੰਦੀ ਲੱਗੂਗੀ ਉਸ ਸ਼ਬਦ ਦਾ ਜਿਹੜਾ ਮਤਲਬ ਇਹ ਪ੍ਰਚਾਰ ਬੰਦ ਹੋਊਗਾ ਜੀ ਬਦਨ ਸਾਹਿਬ ਓਕੇ ਆਪਾਂ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਬੁੱਧ ਧਰਮ ਦੇ ਵਿੱਚ ਕਥੀਨਾ ਦਾ ਤਿਉਹਾਰ ਜਿਹੜਾ ਸਭ ਤੋਂ ਵੱਧ ਚਾ ਉਲਾਸ ਅਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ 3 ਮਹੀਨੇ ਦੇ ਵਰਸ਼ਾ ਬਾਅਦ ਤੋਂ ਬਾਅਦ ਬੜੀ ਧੂਮ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਦੀ ਕਥੀਨਾ ਜੋ 12 ਨਵੰਬਰ 2023 ਨੂੰ ਬੁੱਧ ਵਿਹਾਰ ਬੁਲੋਨਿੰਟਨ ਵਿਖੇ ਮਨਾਈ ਜਾ ਰਹੀ ਹੈ ਇਸ ਸਾਲ ਦੀ ਕਥੀਨਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਮਾਣਯੋਗ ਉਪਾਸਿਕਾ ਊਸ਼ਾ ਕੁਮਾਰੀ ਅਤੇ ਉਹਨਾਂ ਦੀ ਬੇਟੀਆਂ ਜੋਤੀ ਮਾਂ
ਅਤੇ ਮਨਿਕਾ ਆਜ਼ਾਦ ਵੱਲੋਂ ਬੜੀ ਧੂਮਧਾਮ ਦੇ ਨਾਲ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਆਪ ਸਭ ਨੂੰ ਬੇਨਤੀ ਹੈ ਕਿ 12 ਨਵੰਬਰ ਨੂੰ ਯਾਦ ਰੱਖਿਓ ਅਤੇ ਪਲੀਜ਼ ਕਰਕੇ ਬੁੱਧ ਵਿਹਾਰ ਆਉਣ ਦੀ ਆ ਕੇ ਰੌਣਕ ਜ਼ਰੂਰ ਵਧਾਵੋ। ਅਤੇ ਇਹਦੇ ਨਾਲ ਹੀ ਮੈਂ ਥੋੜ੍ਹਾ ਜਿਹਾ ਰੈਪ ਅਪ ਕਰਦੇ ਸੁਮਨ ਦੇ ਬਰਥਡੇ ਦੇ ਲਈ ਆਪ ਸਭ ਸੁਮਨ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਅਤੇ ਫੁੱਲ ਮੂਨ ਡੇ ਆ ਉਹ ਆਪ ਜੀ ਨੂੰ ਜੇ ਦੱਸਿਆ ਸੀਗਾ 29 ਸਤੰਬਰ ਨੂੰ ਫਰਾਈਡੇ ਹੈ। ਸੋ ਆਪ ਜ਼ਰੂਰ ਬੁੱਧ ਵਿਹਾਰ ਆਵੋ ਅਤੇ 29 ਤਰੀਕ ਨੂੰ ਫਰਾਈਡੇ ਨੂੰ। ਅਤੇ ਪ੍ਰਭਿਤਾ ਚੌਹਾਨ ਦਿਆਲ ਚੰਦ ਦੀ ਬੱਚੀ ਨੂੰ ਸਾਡੇ ਵੱਲੋਂ ਫਿਰ ਇੱਕ ਵਾਰ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਬਹੁਤ ਹੀ ਸਾਨੂੰ ਬੜਾ ਪ੍ਰਾਊਡ ਆ ਕਿ ਤੁਸੀਂ ਇਸ PhD ਡਿਗਰੀ ਨੂੰ ਹਾਸਿਲ ਕੀਤਾ। ਇਸ ਦੇ ਨਾਲ ਹੀ ਜਿਸ ਤਰ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਦਾ ਜੋ ਪ੍ਰੋਗਰਾਮ ਹੈ ਸਾਡੇ ਲੇਖਰਾਜ ਜੱਖੂ ਜੀ ਅਤੇ ਪ੍ਰਧਾਨ ਜੀ ਲੈ ਕੇ ਆ ਰਹੇ ਆ, ਕਿਉਂਕਿ ਬਾਬਾ ਸਾਹਿਬ ਅਤੇ ਗਾਂਧੀ ਦੇ ਵਿਚਕਾਰ ਉਹ ਬਹੁਤ ਵਿਵਾਦਤ ਸਮਝੌਤਾ ਸੀਗਾ ਪੂਨਾ ਪੈਕੇਟ, ਉਹ ਵੀ ਬਹੁਤ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਹਰ ਸਾਨੂੰ ਹਰ ਬੱਚੇ ਨੂੰ ਹਰ ਛੋਟੇ ਵੱਡੇ ਨੂੰ ਸਾਰਾ ਉਹ ਇਹਦਾ ਇਤਿਹਾਸ ਜ਼ਰੂਰ ਪਤਾ ਹੋਣਾ ਚਾਹੀਦਾ ਆ। ਸੋ 14 ਅਕਤੂਬਰ 1956 ਨੂੰ ਜੋ ਬਾਬਾ ਸਾਹਿਬ ਨੇ ਇੱਕ ਕਸਮ ਲਈ ਸੀ, ਬਾਬਾ ਸਾਹਿਬ ਨੇ ਅੰਧ ਵਿਸ਼ਵਾਸ ਦੇ ਚਿੱਕੜ 'ਚੋਂ ਕੱਢ ਕੇ ਸਾਨੂੰ ਸਾਫ਼ ਸੁਥਰੇ ਧਰਮ ਦੀ ਪਛਾਣ ਕਰਵਾਈ ਸੀ ਦੁਨੀਆ ਭਰ ਵਿੱਚ। 14 ਅਕਤੂਬਰ ਨੂੰ ਕੰਮ ਪਰਿਵਰਤਨ ਦਿਵਸ ਮਨਾਇਆ ਜਾਂਦਾ ਹੈ। ਡਾਕਟਰ ਅੰਬੇਦਕਰ ਮੈਮੋਰੀਅਲ ਵੀ ਕਮੇਟੀ ਵੀ ਹਰ ਸਾਲ ਦੀ ਤਰ੍ਹਾਂ 14 ਅਤੇ 15 ਤਰੀਕ ਨੂੰ ਬੁੱਧ ਵਿਹਾਰ ਵਿਖੇ ਇਸ ਸਾਲ ਵੀ ਪੂਰਾ ਜਸ਼ਨ ਮਨਾਇਆ ਜਾਵੇਗਾ। ਅਤੇ 15 ਤਰੀਕ ਨੂੰ ਲੋਟਸ TV 'ਤੇ ਬਹੁਤ ਹੀ ਖਾਸ ਮਹਿਮਾਨ, ਜਿਸ ਨੂੰ ਤੁਸੀਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੁੰਦੇ ਹਾਂ, ਸਾਡੇ ਬੜੇ ਹੀ ਸਤਿਕਾਰਯੋਗ ਮਾਨਯੋਗ ਫਕੀਰ ਚੰਦ ਜੀ ਚੌਹਾਨ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਰੇਖਾ ਪੋਲ ਦੇ ਨਾਲ ਇਹ ਪ੍ਰੋਗਰਾਮ ਸਾਂਝਾ ਕਰਨਗੇ। ਸੋ 15 ਤਰੀਕ ਨੂੰ ਇਹ ਪ੍ਰੋਗਰਾਮ ਦੇਖਣਾ ਨਾ ਭੁੱਲਣਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਇਹਦੇ ਨਾਲ ਹੀ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਿਹੜੀ ਤੁਸੀਂ ਆਪਣੇ ਜੱਖੂ ਸਾਹਿਬ ਗੱਲ ਕੀਤੀ ਕਿ ਉਹ ਸ਼ੋਸ਼ਾ ਛੱਡਿਆ ਜਾਂਦਾ ਕਿ ਉਹ ਕਿ ਕਰੋਨਾ ਕਿ ਥਾਲੀ ਵਜਾਓ ਤਾਂ ਨੱਠ ਜਾਣਾ, ਉਹ ਸਿਰਫ ਉਹ ਤੁਹਾਡਾ ਟੈਸਟ ਕਰਦੇ ਕਿ ਇਹਨਾਂ ਨੂੰ ਇਹ ਕਿੰਨਾ ਕੁ ਬਰਦਾਸ਼ਤ ਕਰ ਸਕਦੇ, ਕਿੰਨਾ ਕੁ ਇਹ ਕੀ ਕਰਦੇ ਆ, ਕਦੀ ਮੋਮਬੱਤੀਆਂ ਜਗਾਓ, ਕਦੀ ਇਹ ਕਰੋ, ਕਦੀ ਕੁਛ ਕਰੋ, ਹੈ ਨਾ। ਸੋ ਇੱਕ ਫੁੱਲ ਪਕਾਉਣ ਆਇਆ ਹੈਗਾ, ਹਰੀ ਚਾਵਲਾ ਲੰਡਨ ਤੋਂ ਸੁਮਨ ਜੀ ਨੂੰ ਵਧਾਈਆਂ ਦਿੰਦੇ ਹਨ, ਦਿਆਲ ਚੰਦ ਜੀ ਨੂੰ ਵਧਾਈਆਂ ਦਿੰਦੇ ਹਨ। ਅਸੀਂ ਉਹਨਾਂ ਦੇ ਬਾਕੀ ਸਭ ਦੇ ਹੀ ਬਹੁਤ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਜੀ ਨੇ ਫੋਨ ਕੀਤੇ ਆ, ਆਪ ਜੀ ਨੇ ਲੈਟਰ ਸਾਨੂੰ ਫੋਨ ਕਰਕੇ ਸਾਡਾ ਹੌਸਲਾ ਅਫਜ਼ਾਈ ਕੀਤਾ, ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਮੈਂ ਫਿਰ ਇੱਕ ਵਾਰ ਸਾਡੇ ਬੜੇ ਸਤਿਕਾਰਯੋਗ ਲੇਖਰਾਜ ਜੱਖੂ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੋ ਤੁਸੀਂ ਮੇਰੇ ਨਾਲ ਅੱਜ ਦਾ ਪ੍ਰੋਗਰਾਮ ਸਾਂਝਾ ਕੀਤਾ, ਔਰ ਬੜੀ ਗੁਣਾਂ ਦੀ ਗੁਲੀ ਹੋ ਤੇ ਬਹੁਤ ਕੁਝ ਤੁਸੀਂ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹੈ। ਬਹੁਤ ਮਿਹਰਬਾਨੀ ਜੀ, ਥੈਂਕ ਯੂ, ਤੁਹਾਡਾ ਵੀ ਧੰਨਵਾਦ, ਤੁਸੀਂ ਵੀ ਸਮਾਂ ਕੱਢ ਕੇ ਆਉਣੇ ਹੋ, ਲੋਟਸ TV ਦਾ ਵੀ ਧੰਨਵਾਦ। ਨਮੋ ਬੁੱਧਾਇ, ਜੈ ਭੀਮ, ਜੈ ਪ੍ਰਭੂ ਭਾਰਤ।